ਪੰਜਾਬ ਦੇ ਲੋਕਾਂ ਨੇ ਐਦ ਕਿ ਸਵਾਦ ਲਿਆਤਾ ਤੇ ਸਵਾਦ ਕਿਹੜੀ ਗੱਲਾਂ ਲਿਆਤਾ ਉਹਦੇ ਉੱਤੇ ਆਪਾਂ ਚਰਚਾ ਕਰਨੀ ਹੈ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਪ੍ਰੋਗਰਾਮ ਹੈ ਪ੍ਰਾਈਮ ਫੋਕਸ ਕਣਕਾਂ ਵੱਡੀਆਂ ਜਾ ਰਹੀਆਂ ਤੂੜੀਆਂ ਬਣਾਈਆਂ ਜਾ ਰਹੀਆਂ ਮੂਸਲ ਬੰਨੇ ਜਾ ਰਹੇ ਨੇ ਤੇ ਇਸੇ ਤਰੀਕੇ ਪਿੰਡਾਂ ਦੇ ਵਿੱਚ ਕਿਤੇ ਕਿਤੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਮੂਸਲ ਜਾਨੀ ਇੱਕ ਕੁੱਪ ਬੰਨਣਾ ਆਉਂਦਾ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਪਿੰਡਾਂ ਦੇ ਵਿੱਚ ਇੱਕ ਬੰਦਾ ਹੁੰਦਾ ਤੇ ਉਹਦੀ ਕਦਰ ਬੜੀ ਹੁੰਦੀ ਇਹਨਾਂ ਦਿਨਾਂ ਦੇ ਵਿੱਚ ਤੇ ਸੰਧਾ ਵਾਲੀਆ ਸਾਹਿਬ ਅੱਜਕੱਲ ਸਿਆਸੀ ਮੂਸਲ ਬੰਨਦੇ ਨੇ ਸਿਆਸੀ ਟੋਰ ਦੇ ਉੱਤੇ ਕੁੱਪ ਬੰਨਣ ਚ ਲੱਗੇ ਹੋਏ ਨੇ ਮੇਰੇ ਵਰਗਾ ਬੰਦਾ ਤੇ ਨਾਲ ਉਹਨੇ ਬੀੜੇ ਬੂੜੇ ਬੱਟਣ ਨੂੰ ਰੱਖਿਆ ਹੁੰਦਾ ਸੰਧਾਲੀਆ ਸਾਹਿਬ ਸასი ਕਾਲ ਆਜੋ ਲੰਘਾਓ ਜੀ ਸਾਸਰੀ ਕਾਲ ਬਾਤਸਾ ਬਹੁਤ ਧੰਨਵਾਦ ਪਹਿਲੀ ਗੱਲ ਤੇ ਤੁਸੀਂ ਮਹਾਰਾਜ ਇੱਕ ਕਾਰੀਗਰ ਜਿਹੜਾ ਬੰਦਾ ਹੁੰਦਾ ਪਿੰਡ 'ਚ ਉਹਦੇ ਨਾਲ ਮੈਨੂੰ ਜੋੜਿਆ ਵੇਖੋ ਇੱਕ ਗੱਲ ਤੇ ਪੱਕੀ ਆ ਵੀ ਜਿਹੜਾ ਮਿਰਰ ਗਾ ਭਾਰੇ ਜਿਹਾ ਸਰੀਰ ਵਾਲਾ ਬੰਦਾ ਹੁੰਦਾ ਉਹਨੂੰ ਵਿੱਚ ਵਾੜ ਦਿੰਦੇ ਕੁੱਪ ਦੇ ਜਾਂ ਮੂਸਲ ਦੇ ਕਉਂ ਹੁੰਦਾ ਵੀ ਇਹਨੇ ਨਾ ਤੂੜੀ ਵਧੀਆ ਲਤਰ ਦੇਣੀ ਇਹਨੇ ਨਾ ਤੈਹ ਬਹਿ ਜੂਗੀ ਜਿਹੜਾ ਤੁਹਾਡਰਗਾ ਬੰਦਾ ਹੁੰਦਾ ਉਹਨੂੰ ਆਂਦੇ ਹੁੰਦੇ ਵੀ ਪੌੜੀ ਲਾ ਕੇ ਜਿਹੜੇ ਬੰਦੇ ਨੇ ਪੰਡ ਵਿੱਚ ਸੁੱਟਣੀਆਂ ਨਾ ਉਹ ਹੌਲਾ ਜਿਹਾ ਚੜਾਓ ਯਾਰ ਜੇ ਭਾਰਾ ਹੋ ਗਿਆ ਨਾ ਤੇ ਫੇਰ ਇਹਨੇ ਪਰਾਲੀ ਅੰਦਰ ਧੱਕ ਦੇਣੀ ਆ ਜਾਂ ਸੜਾਜਾਂ ਅੰਦਰ ਧੱਕ ਦੇਣਾ ਉਹ ਵੀ ਕੰਮ ਨਹੀਂ ਹੁੰਦਾ ਮੇਰੇ ਅਰਗੇ ਦਾ ਕੰਮ ਹੁੰਦਾ ਇੱਕ ਵੀ ਤੂੰ ਉਹ ਪਰਲੇ ਪਾਸੇ ਖੜ ਕੇ ਜਿਹੜਾ ਬੇੜ ਆ ਜਿਹੜੀ ਰੱਸੀ ਆ ਉਹ ਲੱਕ ਨਾਲ ਦਵਾਲੇ ਖੜ ਕੇ ਖੜਾ ਰਹਿਣਾ ਖਿੱਚ ਕੇ ਰੱਖਣੀ ਬਸ ਤੇਰਾ ਹੋਰ ਕੋਈ ਕੰਮ ਨਹੀਂ ਨਹੀਂ ਹੈ ਮੈਂ ਇਸ ਕਰਕੇ ਉਹ ਸਹਿਮਤ ਨਹੀਂ ਹੈਗਾ ਉਹਦੇ ਨਾਲ ਮੈਨੂੰ ਐਵੇਂ ਕਿਤੇ ਪਤਲੇ ਜਿਹੇ ਲੱਕ ਤੇ ਜ਼ੋਰ ਨਾ ਨਾ ਆ ਜੇ ਉਹ ਬੇੜ ਵੀ ਭਾਰਾ ਹੁੰਦਾ ਜੇ ਉਹ ਕਿਤੇ ਗਿੱਲਾ ਕਰ ਲਈਏ ਫਿਰ ਬਹੁਤ ਹੀ ਭਾਰਾ ਹੋ ਜਾਂਦਾ ਉਹ ਸੰਧਾਲੀਆ ਸਭ ਤੁਸੀਂ ਦੇਖੋ ਜਿਹੜਾ ਚਲੋ ਤੁਸੀਂ ਜਿਹੜਾ ਉੱਪਰ ਬੰਦਾ ਕੁੱਪ ਦੇ ਵਿੱਚ ਬਾੜਿਆ ਹੁੰਦਾ ਕਿ ਉਹ ਤੂੜੀ ਚੰਗੇ ਤਰੀਕੇ ਨਾਲ ਪੰਡ ਫੜ ਕੇ ਵਿੱਚ ਸੁੱਟਣੀ ਆ ਫਿਰ ਉਹਨੇ ਦੱਬਣੀ ਆ ਖੁੰਝਿਆਂ ਦੇ ਵਿੱਚ ਤੂੜੀ ਪਾਉਣ ਦਾ ਇੱਕ ਤਰੀਕਾ ਵੱਖਰਾ ਹੁੰਦਾ ਹੁਣ ਤੁਹਾਡੇ ਅਰਗੇ ਬੰਦੇ ਦਾ ਜਿਹੜਾ ਥੱਲੇ ਖੜੇ ਹੁੰਦੇ ਨਾ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਹੁਣ ਵਿੱਚੋਂ ਉਹਨਾਂ ਨਿਕਲੇ ਜਨੀਦਰ ਮੂਸਲ ਵੱਜਦਾ ਨਹੀਂ ਕੁੱਪ ਵੱਜਦਾ ਨਹੀਂ ਤੁਹਾਡੇ ਅਰਗੇ ਦੀ ਕੋਸ਼ਿਸ਼ ਹੁੰਦੀ ਯਾਰ ਇੱਕ ਵਾਰੀ ਥੱਲੇ ਆ ਲੈਣ ਦੇ ਨਾ ਪਾਣੀ ਥੱਲੇ ਬਹਿ ਕੇ ਪੀ ਲਾਂ ਮੈਂ ਮਾੜਾ ਮੋਟਾ ਫੱਟੇ-ਫੁੱਟੇ ਤੇ ਹੋਵੇ ਮਾਰੀ ਮੋਟੀ ਤੇ ਮੇਰੇ ਵਰਗੇ ਦੀ ਕੋਸ਼ਿਸ਼ ਹੁੰਦੀ ਪੌੜੀ ਲਾ ਕੇ ਕੋਈ ਨਹੀਂ ਕੋਈ ਨਹੀਂ ਪਾ ਸ਼ਰਬਤ ਲਿਆਂਦਾ ਬਣਾ ਕੇ ਰੂਹ ਅਫਜਾ ਤੂੰ ਇੱਥੇ ਹੀ ਦੋ ਗਲਾਸ ਇੱਥੇ ਪੀ ਕੇ ਆਪਾਂ ਫੇਰ ਤਕਲਾਂ ਤੱਕ ਕੰਮ ਨਵੇੜ ਨਹੀਂ ਤੇ ਉਹਲੇ ਜਿਹੜਾ ਗੁੱਸਾ ਤੁਹਾਡੇ ਵਰਗੇ ਬੰਦੇ ਨੂੰ ਆਉਂਦਾ ਨਾ ਉਹ ਵੱਖਰੇ ਹੁੰਦਾ ਨਹੀਂ ਨਹੀਂ ਹੁੰਦਾ ਹੁੰਦਾ ਬਿਲਕੁਲ ਹੁੰਦਾ ਉਹਦੇ ਤੇ ਵੀ ਹੁੰਦਾ ਕਿਸੇ ਵੇਲੇ ਵੀ ਉਹ ਜਿਹੜਾ ਵਿੱਚ ਚੜਿਆ ਹੁੰਦਾ ਉਹਨੂੰ ਇਹ ਦੋ ਜਾਨੇ ਪੰਡਾ ਸੁੱਟਦੇ ਹੁਣ ਤੇ ਇੱਕ ਨੇ ਪਹਿਲਾਂ ਸੁੱਟ ਦਿੰਦੀ ਆ ਜੇ ਉਹ ਪਹਿਲੀ ਖੋਲਦਾ ਹੁੰਦਾ ਦੂਜਾ ਉਹਦੇ ਸਿਰ ਤੇ ਮਾਰਦਾ ਵੀ ਲਾਇ ਉਹਨੂੰ ਦੱਬੀਏ ਤੂੜੀ ਹੈ ਨਾ ਤੁਸੀਂ ਦੇਖੋ ਖੇਡਾਂ ਨੇ ਨਾ ਹੁਣ ਤਾਂ ਕਈ ਕੁਝ ਆ ਗਿਆ ਆਪਣੇ ਵਰਗੇ ਫੋਨ ਚੋਂ ਮੂੰਹ ਨਹੀਂ ਕੱਢਦੇ ਪਹਿਲੇ ਲੋਕਾਂ ਕੋਲੇ ਐਂਟਰਟੇਨਮੈਂਟ ਕਿੱਥੇ ਹੁੰਦਾ ਸੀ ਮਾਗੋ ਬੋਹਦੇ ਰੇਡੀਓ ਨਾਲ ਟੀਵੀ ਤੇ ਉਹ ਤੇ ਇਹੋ ਹੀ ਹੁੰਦਾ ਵੀ ਆਪਸ ਚ ਪੰਗੇ ਪੁੰਗੇ ਲੈ ਲੈ ਹੱਸ ਖੇਡ ਲਿਆ ਤੇ ਉਹ ਆਖਿਆ ਵੀ ਚੱਲ ਕੋਈ ਗੱਲ ਨਹੀਂ ਤੂੜੀ ਨਾਲ ਲੱਬੜਿਆ ਬਾਅਦ ਕੋਈ ਸੱਕਰ ਕੇ ਉਹ ਖਾ ਲਿਆ ਮੁੜ ਕੇ ਨਾਲ ਨੂੰ ਲਿਆ ਤੇਲ ਤੂੜ ਮਾਰ ਲਿਆ ਤੇ ਚੱਲ ਠੀਕ ਆ ਸੌਹੀ ਸੌ ਰਿਆ ਸੰਧਾਲੀ ਅੱਜ ਦੀ ਪੀੜ੍ਹੀ ਤਾਂ ਸੌਖੀ ਐ ਸਾਡੇ ਵੇਲਿਆਂ ਦੇ ਵਿੱਚ ਹੁੰਦਾ ਸੀ ਪਹਿਲਾਂ ਬੇੜ ਬਟਣੇ ਹੁਣ ਤਾਂ ਲੈ ਆਉਂਦੇ ਆ ਰस्सियां ਉੱਥੋਂ ਜਾ ਕੇ ਜਿੱਕਾ ਕੁੱਪ ਬਣਨ ਵਾਲੀਆਂ ਹੁਣ ਤਾਂ ਇੱਕ ਉਤਰਪਾਲ ਜੀ ਬਣਿਆ ਬਣਾਇਆ ਕੁੱਪ ਮਿਲਣ ਲੱਗ ਪਿਆ ਪਹਿਲਾਂ ਡੰਡੇ ਜਿਆ ਨੂੰ ਫਸਾ ਕੇ ਉਹਦੇ ਵਿੱਚ ਬੇੜ ਬਟਣੇ ਡੌਲੇ ਰਹਿ ਜਾਣੇ ਬਾਹਾਂ ਰਹਿ ਜਾਣੀਆਂ ਅੰਧਾ ਵਾਲੀਆਂ ਸਭ 4-4 5-5 ਦਿਨ ਬੇੜ ਬਟਣੇ ਤੁਹਾਨੂੰ ਕੀ ਪਤਾ ਨਵੇਂ ਨਿਆਣਿਆਂ ਨੂੰ ਹਾਂ ਨਹੀਂ ਮੈਨੂੰ ਨਹੀਂ ਪਤਾ ਮੈਂ ਤੇ ਇਹ ਵੀ ਨਹੀਂ ਬੇੜ ਕੀ ਹੁੰਦਾ ਮੈਂ ਕਿਦੇ ਵੇਖਿਆ ਥੋੜਾ ਵਟਣਾ ਦੇ ਦੂਰ ਰਹਿ ਗਿਆ ਇਹ ਕੋਈ ਗੱਲ ਆ ਮੇਰੀ ਗੱਲ ਸੁਣੋ ਤੁਸੀਂ ਜਿਹੜੀ ਉਦਾਹਰਨ ਦਿੱਤੀ ਨਾ ਇਹਨੂੰ ਮੈਂ ਹੁਣ ਅੱਜ ਦੇ ਹਿਸਾਬ ਨਾਲ ਜੋੜਾ ਐਸ ਵਕਤ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਉਹਨਾਂ ਸਾਰਿਆਂ ਦਾ ਮੌਸਲ ਕਹਿ ਲਓ ਕੁੱਪ ਕਹਿ ਲਓ ਖਿਲ ਰਿਆ ਪਿਆ ਜਾਂ ਤੇ ਕਿਸੇ ਪਾਰਟੀ ਨੂੰ ਵਿੱਚ ਚੜਾਉਣ ਵਾਲਾ ਬੰਦਾ ਨਹੀਂ ਲੱਭਦਾ ਪਿਆ ਜਾਂ ਕਿਸੇ ਨੂੰ ਬੇੜ ਬਟਣ ਵਾਲਾ ਨਹੀਂ ਲੱਭਦਾ ਪਿਆ ਜੇ ਸਾਰਾ ਕੋਈ ਬੇੜ ਖਿੱਚਣ ਵਾਲਾ ਨਹੀਂ ਲੱਭਦਾ ਤੇ ਜੇ ਕੋਈ ਬਿਲਕੁਲ ਹੀ ਲਾੜੀ ਤੇ ਸਰਕੜਾ ਜਾਂ ਪਰਾਲੀ ਜਿਹਨੇ ਚਿੰਨ ਨਹੀਂ ਹੁੰਦੀ ਆ ਉਹ ਨਹੀਂ ਲੱਭਦਾ ਤੇ ਹਰੇਕ ਦਾ ਧਿਆਨ ਲੱਗਾ ਪੀ ਯਾਰ ਮੈਂ ਉਧਰੋਂ ਖਿੱਚਲਾ ਮੈਂ ਉਧਰੋਂ ਖਿੱਚਲਾ ਮੈਂ ਇੱਥੋਂ ਲੈ ਆਵਾਂ ਬੰਦਾ ਮੈਂ ਉੱਥੋਂ ਬੰਦਾ ਲੈ ਆਵਾਂ ਇਹ ਮੈਨੂੰ ਲੱਗਦਾ ਨਹੀਂ ਪੀ ਇਹ ਇਦਾਂ ਦੇ ਜੋੜ ਤੋੜ ਜੇ ਕਰਕੇ ਪੂਰੇ ਪੂਰੇ ਜਿਹੜੇ ਮੂਸਲਿਆ ਜਾਂ ਕੋਪਿਆ ਜੂਨ 1 ਤੱਕ ਵੱਜਣ ਸਾਰਿਆਂ ਦੇ ਸੰਧਾਲੀਆ ਸਭ ਮੈਂ ਇੱਕ ਤਾਂ ਹੋਰ ਗੱਲ ਦੱਸ ਦਿੰਨਾ ਇਹ ਜਿੱਦਾਂ ਕਾਲੀ ਕਾਲੀ ਦੇ ਵਿੱਚ ਮਗਾਨੀ ਸ਼ਹਿ ਦੇ ਉੱਤੇ ਮਛਮਨਣ ਵਾਲੀ ਗੱਲ ਕਰਦੇ ਆ ਨਾ ਇਹ ਕਿ ਇਧਰਲੇ ਪਾਸੇ ਉਹ ਬੰਦਾ ਲੈ ਆਂਦਾ ਉਧਰਲੇ ਪਾਸੇ ਉਹ ਬੰਦਾ ਲੈ ਆਂਦਾ ਉਹਨੂੰ ਹੀ ਸਾਰਾ ਕੁਝ ਸੌਂਪ ਦਿੱਤਾ ਉਧਰੋਂ ਲਿਆ ਕੇ ਉਮੀਦਵਾਰ ਖੜਾ ਕਰਤਾ ਇਹ ਮੂਸਲਾ ਜੇ ਵੱਜੇ ਨਹੀਂ ਕਈ ਵਾਰੀ ਐਂਡ ਦੇ ਵਿੱਚ ਮੂਸਲ ਦੀ ਬੋਦੀ ਬਿੰਗੀ ਜੀ ਹੁੰਦੀ ਆ ਸ਼ੁਰੂ ਜੇ ਨਹੀਂ ਪਤਾ ਲੱਗਦਾ ਹੁੰਦਾ ਅਖੀਰ ਜੇ ਆ ਕੇ ਪਤਾ ਲੱਗਦਾ ਯਾਰ ਇਹ ਤਾਂ ਪਿੰਗਾ ਜਿਹਾ ਵੱਜ ਗਿਆ ਇਹਨਾਂ ਦੇ ਵਿੱਚੋਂ ਬਹੁਤਿਆਂ ਦੇ ਮੂਸਲ ਬਿੰਗੇ ਵੱਜਣੇ ਆ ਇੱਕ ਅੱਧਾ ਵੀ ਜੇ ਹਵਾਰਾ ਪਸ਼ੂ ਠਠਾ ਕੋ ਆ ਕੇ ਉਹਦੇ ਵਿੱਚ ਸਿਰਸੁਰ ਮਾਰ ਗਿਆ ਉਹਨੇ ਮੂਸਲ ਮੁੱਦਾ ਕਰ ਦੇਣਾ ਇਹ ਹੁਣ ਆਪਣਾ ਪੜਿਆ ਲਿਖਿਆ ਆਪ ਵਿਚਾਰ ਲੈਣ ਬਾਕੀ ਸੰਧਾਲੀਆ ਸਭ ਪ੍ਰੋਗਰਾਮ ਜਦੋਂ ਸ਼ੁਰੂ ਕਰਨਾ ਹੀ ਨਾ ਮੈਂ ਆਖਿਆ ਮੈਂ ਕਿਹਾ ਪੰਜਾਬ ਦੇ ਲੋਕਾਂ ਨੇ ਸਵਾਦ ਲਿਆਤਾ ਸੰਧਾਲੀਆ ਸਭ ਹੁਣ ਤੁਸੀਂ ਥੋੜਾ ਜਾਂ ਨਾ ਸੋਚੋ ਵਿਚਾਰੋ ਪੁਨਰ ਨਿਰਖਣ ਇੱਕਾਰੀ ਕਰੋ ਪੀੜੀ 8 ਸੋਟਾ ਫੇਰੋ ਮੁਲਾਂਕਣ ਕਰੋ ਉਹਦਾ ਕਾਰਨ ਕੀ ਹੈ ਮੈਨਾਂ ਦੋ ਦਿਨ ਹੋ ਗਏ ਮੈਂ ਸਾਰੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਮੀਦਵਾਰ ਨੇ ਉਹ ਰੋਡ ਸ਼ੋ ਕਰਦੇ ਆ ਕਾਗਜ਼ ਦਾਖਲ ਕਰਨੇ ਤਾਂ ਜੇ ਦੂਰ ਹੈ ਅੱਜ ਜੀ ਸ਼ੁਰੂਆਤ ਕੀਤੀ ਹੈ ਪ੍ਰਚਾਰ ਦੀ ਤੇ ਜਦੋਂ ਰੋਡ ਸ਼ੋ ਕਰਦੇ ਆ ਕੋਈ ਸਮਾਂ ਹੁੰਦਾ ਸੀ ਪੰਜਾਬ ਦੇ ਵਿੱਚ ਜਦੋਂ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ ਸਿਆਸੀ ਪਾਰਟੀਆਂ 'ਚ ਜਦੋਂ ਲੋਕ ਇੱਕ ਦੂਜੇ ਦੇ ਗਿੱਟੇ ਛੱਲਦੇ ਹੁੰਦੇ ਸੀ ਕਿ ਮੈਂ ਲੀਡਰ ਦੇ ਕੋਲੇ ਖੜਨਾ ਉਦੋਂ ਲੋਕ ਕੋਠਿਆਂ ਤੇ ਚੜੇ ਹੁੰਦੇ ਸੀ ਲੋਕ ਰਸਤਿਆਂ 'ਚ ਖੜੇ ਹੁੰਦੇ ਸੀ ਕਿ ਅੱਜ ਲੀਡਰ ਸਾਹਿਬ ਨੇ ਆਉਣਾ ਮੈਂ ਹੁਣ ਬਹੁਤੇ ਰੋਡ ਸ਼ੋਅ ਦੇਖਿਆ ਲੀਡਰ ਸਾਹਿਬ ਜੀਪ 'ਚ ਕਾਰ 'ਚ ਐਂ ਕਰਕੇ ਖੜੇ ਹੁੰਦੇ ਆ ਆਲੇ ਦੁਆਲੇ ਕੋਈ ਨਹੀਂ ਹੁੰਦਾ ਤੁਸੀਂ ਅੰਦਾਜ਼ਾ ਲਾਓ ਜਿੰਨੀ ਦੇਰ ਤੋਂ ਐਂ ਕਰਕੇ ਖੜਿਆ ਤੁਸੀਂ ਇਹੀ ਦੇਖਣਾ ਕਿ ਆਲੇ ਦੁਆਲੇ ਕੋਈ ਨਹੀਂਗਾ ਤੇ ਜਦੋਂ ਕਿਤੇ ਉਹਨਾਂ ਨੇ ਐ ਕੀਤਾ ਐਂ ਕੀਤਾ ਫਿਰ ਐ ਕੀਤਾ ਉਦੋਂ ਮੰਨ ਲਓ ਕਿ ਪੰਜ ਚਾਰ ਬੀਬੀਆਂ ਹੋ ਸਕਦਾ ਕਿ ਆਪ ਦਾ ਢਿੱਡ ਹੌਲਾ ਕਰਨ ਨੂੰ ਚੁਗਲੀ ਚਾਪੀ ਕਰਨ ਨੂੰ ਹੀ ਖੜੀਆਂ ਉਹਨਾਂ ਨੂੰ ਮੜਾ ਮੋਟਾ ਮੱਥਾ ਟੇਕ ਦਿੱਤਾ ਐਤਕੀ ਬਿਲਕੁਲ ਵੀ ਲੋਕਾਂ ਨੇ ਇਹਨਾਂ ਨੂੰ ਹੰਗਾਰਾ ਨਹੀਂ ਦਿੱਤਾ ਰੋਡ ਸ਼ੋ ਖਾਲੀ ਜਾ ਰਹੇ ਕੋਈ ਬੰਦਾ ਆਖ ਸਕਦਾ ਉਹ ਯਾਰ ਕਣਕ ਦਾ ਟਾਈਮ ਹੈ ਲੋਕਾਂ ਕੋ ਕਿੱਥੇ ਇੰਨਾ ਇਹ ਨਹੀਂ ਕਲ ਹੈ ਕਿ ਸਮਾਂ ਹੈਗਾ ਲੋਕਾਂ ਕੋ ਇਹ ਉਹੀ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ 2 3 4 ਫਸਲਾਂ ਚੱਲਦੇ ਕਿਸਾਨ ਅੰਦੋਲਨ ਚ ਦਿੱਲੀ ਬੈਠਿਆ ਨੇ ਵੱਡੀਆਂ ਦਿੱਲੀ ਬੈਠਿਆ ਨੇ ਸਾਂਭੀਆਂ ਜਿਨ੍ਹਾਂ ਲਈ ਟਾਈਮ ਇਹਨਾਂ ਨੇ ਕੱਢਣਾ ਹੁੰਦਾ ਕੱਢ ਲੈਂਦੇ ਆ ਇਹ ਹੁਣ ਸਾਡੇ ਸਿਆਸੀ ਲੀਡਰ ਸੋਚਣ ਇਹ ਸੱਦਾ ਦਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਟਾਈਮ ਪਾਉਂਦੇ ਆ ਐਨੇ ਵਜੇ ਰੋਡ ਸ਼ੋ ਇੱਥੋਂ ਸਟਾਰਟ ਹੋਏਗਾ ਐਨੇ ਵਜੇ ਐਸਪੈਂਡ ਆਪੜੇਗਾ ਐਨੇ ਵਜੇ ਐਸਪੈਂਡ ਜਾ ਕੇ ਸਮਾਪਤੀ ਹੋਏਗੀ ਵੱਡਾ ਜਲਸਾ ਹੋਏਗਾ ਲੋਕ ਆਉਂਦੇ ਕਿਉਂ ਨਹੀਂ ਬਈ ਤੁਹਾਨੂੰ ਦੇਖਣ ਦੇ ਲਈ ਭੀੜਾਂ ਆਉਂਦੀਆਂ ਕਿਉਂ ਨਹੀਂ ਕਿਉਂਕਿ ਜੇ ਰੋਡ ਸ਼ੋਜ਼ ਜਿਹੜੇ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਚਾਹੇ ਕੋਈ ਸੱਤਾਧਾਰੀ ਆ ਚਾਹੇ ਕੋਈ ਵਿਰੋਧੀ ਆ ਸੰਧਾਲੀਆਂ ਸਭ ਜੇ ਰੈਸ਼ ਹੋਵੇ ਨਾ ਇਹਨਾਂ ਦੇ ਕੈਮਰੇ ਲੋਕਾਂ ਨੂੰ ਹੁਣ ਇਹਨਾਂ ਦੇ ਕੈਮਰੇ ਤਾਂ ਲੀਡਰ ਦੀ ਜੀਬਾਂ ਨੂੰ ਹੁੰਦੇ ਆ ਇਹਨਾਂ ਦੇ ਕੈਮਰੇ ਤਾਂ ਇਹਨਾਂ ਦੇ ਲੀਡਰ ਦੀ ਕਾਰ ਨਾਲੋਂ ਦੇਖ ਲੀਡਰ ਸਾਹਿਬ ਕਿੱਥੇ ਖਲੋਤੇ ਆ ਫਿਰ ਜਿੱਥੇ ਕਿਤੇ ਇਹਨਾਂ ਦੇ ਆਪਣੇ ਬੰਦਿਆਂ ਨੇ ਦੋਹਾਂ ਚੌਂ ਨੇ ਹਾਰ ਪਾਏ ਫੁੱਲ ਫੁੱਲ ਸਿੱਟੇ ਆ ਹੱਥੋਂ ਤੇ ਕਿਸ ਨੇ ਮੜਾਇਆ ਕਿਸ ਨੇ ਅਸ਼ੀਰਵਾਦ ਦਿੱਤਾ ਉਹਦੀਆਂ ਘਟ ਘਟ ਰੀਲਾਂ ਪਾਈ ਜਾਂਦੇ ਆ ਇਹ ਕੋ ਗੱਲ ਆ ਇਹ ਗੱਲ ਤੁਸੀਂ ਠੀਕ ਕਹੀ WhatsApp ਹੈ ਇਦਾਂ ਹੀ ਕਿਉਂਕਿ ਇੱਕ ਗੱਲ ਤੇ ਪੱਕੀ ਆ ਪੰਜਾਬੀਆਂ ਦੇ ਨਾਲ ਇੱਕ ਗੱਲ ਸੁਭਾਅ ਚ ਆ ਕਿ ਜੇ ਕੋ ਆਖੇ ਨਾ ਯਾਰੋ ਫੁਲਾਨੇ ਥਾਂ ਦੇ ਉੱਪਰ ਫੁਲਾਨਾ ਬੰਦਾ ਖਲੋਤਾ ਪੜਾ ਹੋਊ ਆਪਣੇ ਘਰੋਂ ਆਪਾਂ ਕੇ ਲੈਣ ਦੇਣਾ ਇਹ ਐਟੀਟਿਊਡ ਸੀਗਾ ਪਰ ਪੋਲੀਟੀਕਲ ਪਾਰਟੀਆਂ ਜਦੋਂ ਮਤਲਬ ਪਹਿਲਾਂ ਆ ਡੰਬਰ ਜਿਆ ਰਸਦੀਆਂ ਹੁੰਦੀਆਂ ਸੀ ਉਦੋਂ ਜ਼ਰੂਰ ਉਹਨਾਂ ਦੇ ਵਿੱਚ ਹੁੰਦਾ ਸੀ ਨਹੀਂ ਯਾਰ ਲੀਡਰ ਦੇ ਨੇੜੇ ਹੋਈਏ ਥੋੜਾ ਜਿਹਾ ਲੱਗੀ ਲੱਗੀਏ ਕੱਲ ਨੂੰ ਕੋਈ ਕੰਮ ਲਵਾਂਗੇ ਉਹ ਕਿਸੇ ਵੇਲੇ ਲੋੜ ਹੀ ਪੈ ਜਾਂਦੀ ਹੈ ਯਾਰ ਹੈਨਾ ਹੁਣ ਹੌਲੀ ਹੌਲੀ ਲੋਕਾਂ ਨੇ ਵੇਖ ਲਿਆ ਵੀ ਇੰਨੇ ਦਹਾਕੇ ਹੋ ਗਏ ਸਾਲ ਨਹੀਂ ਕਹਿ ਰਿਹਾ ਮੈਂ ਦਹਾਕੇ ਕਹਿ ਰਿਆਂ ਵੀ ਜਦੋਂ ਇਹਨਾਂ ਨੇ ਮਤਲਬ ਕਹਿ ਲੋ ਕਿ ਵੀ ਉਹ ਥੋੜੇ ਤੇ ਲੱਗਣ ਜੋਗੇ ਵੀ ਕੰਮ ਨਹੀਂ ਆਉਣਾ ਤੇ ਫੇਰ ਆਪਾਂ ਲੈਣਾ ਕਿ ਇਹਨਾਂ ਕੋਲ ਵੀ ਮੇਰਾ 5 ਸਾਲ ਬਾਅਦ ਆਣ ਕੇ ਇਹਨਾਂ ਦੀਆਂ ਆਜੀਪਾਂ ਜੂਪਾਂ ਦੇ ਪਿੱਛੇ ਫੇਰ ਤੁਰ ਕੇ ਸੋ ਉਹ ਇੱਕ ਚੀਜ਼ ਤਾਂ ਹੋ ਗਈ ਦੂਜੀ ਗੱਲ ਇਹ ਕਿ ਜਿਹੜਾ ਪੰਜਾਬ ਦੇ ਵਿੱਚੋਂ ਪਿਛਲੇ ਸਮੇਂ ਚ ਪ੍ਰਵਾਸ ਹੋਇਆ ਨਾ ਉਹਦਾ ਮੁਢਲਾ ਕਾਰਨ ਇਹ ਸੀ ਕਿ ਲੋਕਾਂ ਨੂੰ ਇਹ ਲੱਗਿਆ ਵੀ ਸਾਡੀ ਨਵੀਂ ਪਨੀਰੀ ਸਾਡੀ ਪੀੜ੍ਹੀ ਕਰੂਗੀ ਯਾਰ ਅਸੀਂ ਤਾਂ ਪੜਾਤਾ ਲਿਖਾਤਾ ਡਿਗਰੀਆਂ ਲੈਤੀਆਂ ਨਿਆਣੇ ਡਿਗਰੀਆਂ ਲੈ ਕੇ ਤੁਰੇ ਫਿਰਦੇ ਤੇ ਜਦੋਂ ਨੌਕਰੀ ਦੀ ਗੱਲ ਕਰਦੇ ਆ ਇਧਰ ਕੋ ਧਿਆਨ ਦੇ ਕਿ ਰਾਜੀ ਨੂੰ ਉਹ ਜਿਹੜਾ ਸਮ ਹੋਇਆ ਉਹਦੇ ਚ ਮੈਨੂੰ ਲੱਗਦਾ ਵੀ ਲੋਕਾਂ ਨੂੰ ਯਕੀਨ ਹੋ ਗਿਆ ਵੀ ਜਦੋਂ ਇਹਨਾਂ ਸਾਡੇ ਕੰਮ ਨਹੀਂ ਆਉਣਾ ਕਰਨਾ ਅਸੀਂ ਆਪ ਸਰ ਬਸੇ ਰਹਾ ਜਾਂ ਸਾਡੇ ਨਿਆਣੇ ਕਰਨਾ ਤੇ ਫਿਰ ਅਸੀਂ ਇਹਨਾਂ ਕੋ ਕੀ ਬੜੇ ਮਿਲ ਲੈਣੇ ਵੀ ਸੰਦਾਲੀਆ ਸਾਹਿਬ ਬੜੀ ਸਪਸ਼ਟ ਗੱਲ ਆ ਅੱਜ ਸਾਰੇ ਲੀਡਰ ਕਹਿੰਦੇ ਆ ਨਿਆਣੇ ਬਾਹਰ ਜਾ ਰਹੇ ਆ ਕਿਉਂ ਪ੍ਰਵਾਸ ਹੋ ਰਿਹਾ ਕਿਉਂ ਪੰਜਾਬ ਨੂੰ ਖਾਲੀ ਕਰ ਰਹੇ ਹੋ ਇਹ ਨਿਆਣਿਆਂ ਦੇ ਸਿਰ ਤੇ ਲੋਕਾਂ ਦੇ ਸਿਰ ਭਾਂਡਾ ਭੰਦੇ ਆ ਉਹ ਜ਼ਿੰਮੇਵਾਰ ਭਾ ਤੁਸੀਂ ਹੋ ਤੁਹਾਡੇ ਕਰਕੇ ਜਾ ਰਹੇ ਨੇ ਤੁਸੀਂ ਨਹੀਂ ਸਿਸਟਮ ਦਰੁਸਤ ਕੀਤਾ ਤੁਸੀਂ ਨਹੀਂ ਨਿਆਣਿਆਂ ਨੂੰ ਕਿਤੇ ਲੱਗਣ ਦਿੱਤਾ ਇੰਡਸਟਰੀ ਨਿਆਣਿਆਂ ਨੇ ਨਹੀਂ ਸੀ ਲਾਉਣੀ ਜਾਂ ਨਿਆਣਿਆਂ ਦੇ ਭਾਪਿਆਂ ਨੇ ਨਹੀਂ ਸੀ ਲਾਉਣੀ ਤੁਸੀਂ ਲਾਉਣੀ ਸੀ ਜਿਨ੍ਹਾਂ ਦੇ ਹੱਥ ਪੰਜਾਬ ਸੂਬਾ ਸੀ ਜਿਨ੍ਹਾਂ ਦੇ ਹੱਥ ਦੇਸ਼ ਸੀ ਜੇ ਇੱਥੇ ਖੇਤੀਬਾੜੀ ਦੀ ਫਸਲ ਪੂਰੀ ਨਹੀਂ ਵਿਕਦੀ ਜੇ ਇੱਥੇ ਜਿਹੜੀਆਂ ਫਲ ਤੇ ਸਬਜ਼ੀਆਂ ਵਾਲਾ ਪ੍ਰੋਡਕਸ਼ਨ ਵਾਲਾ ਕੰਮ ਪੂਰਾ ਨਹੀਂ ਚੱਲਿਆ ਜਾਂ ਆਤਮ ਨਿਰਜਾਤਾ ਤੇ ਇਹਦੇ ਵਿੱਚ ਆਮ ਬੰਦੇ ਦਾ ਥੋੜੋ ਘ ਰੋਲਾ ਉਹ ਤਾਂ ਮਿਹਨਤ ਕਰ ਸਕਦਾ ਖੇਤ ਜਾ ਸਕਦਾ ਫੈਕਟਰੀ ਜਾ ਸਕਦਾ ਸਕੂਲ ਜਾ ਸਕਦਾ ਕਾਲਜ ਯੂਨੀਵਰਸਿਟੀ ਜਾ ਸਕਦਾ ਇਹਦੇ ਤੋਂ ਅੱਕੇ ਥੋੜੀ ਕਿਤੇ ਜਾ ਸਕਦਾ ਕਿਤੇ ਨਾ ਕਿਤੇ ਇਧਰਲੇ ਪਾਸੇ ਧਿਆਨ ਤਾਂ ਰੱਖਣਾ ਪਊ ਜ਼ਿੰਮੇਵਾਰ ਤੁਸੀਂ ਹੋ ਤੇ ਤੁਸੀਂ ਲੋਕਾਂ ਦੇ ਸਿਰ ਠੀਕਰਾ ਪੰਨੀ ਜਾਂਦੇ ਹੋ ਮੈਂ ਸੰਧਾਲੀਆ ਸਾਹਿਬ ਇੱਕ ਬੇਨਤੀ ਹੋਰ ਕਰ ਦਿੰਨਾ ਅਜੇ ਤਾਂ ਤੁਸੀਂ ਦੇਖਿਓ ਅਜੇ ਤਾਂ ਗਰਮੀ ਹੋਈ ਨਹੀਂ ਤੁਸੀਂ ਕਹਿੰਦੇ ਨੇ ਕਿ ਲੀਡਰਾਂ ਦੇ ਲਾਗੇ ਲਾਗੇ ਲੱਗਦੇ ਸੀ ਲੋਕ ਹੁਣ ਲੀਡਰ ਚਾਹੁੰਦੇ ਯਾਰ ਸਾਡੇ ਕੋਲ ਲਾਗੇ ਲੱਗੇ ਹੁਣ ਸੰਧੂ ਸਾਹਿਬ ਪਹਿਲੀ ਵਾਰੀ ਪੋਲਿਟਿਸ਼ੀਅਨ ਬਣੇ ਨੇ ਰਾਜਨੀਤਿਕ ਲੀਡਰ ਬਣੇ ਨੇ ਭਾਜਪਾ ਨੇ ਉਹਨਾਂ ਨੂੰ ਅਮਰਸਰੋਂ ਟਿਕਟ ਦਿੱਤੀ ਹੈ ਆ ਤਿੰਨ ਦਿਨ ਪਹਿਲਾਂ ਉਹ ਪ੍ਰਚਾਰ ਕਰਦੇ ਸੀ ਦੇਖੋ ਬਹੁਤ ਚੰਗੀ ਗੱਲ ਹੋਈ ਦੋਨਾਂ ਧਿਰਾਂ ਵਾਲੇ ਪਾਸਿਓਂ ਇੱਕ ਬੀਬੀ ਜੀ ਕਹਿੰਦੇ ਸੀਵਰੇਜ ਦੀ ਸਮੱਸਿਆ ਹੈ ਸਾਡੇ ਘਰੋਂ ਸਮੈਲ ਬਦਬੂ ਬੜੀ ਆਉਂਦੀ ਹੈ ਉਹ ਕਹਿੰਦੇ ਬੀਬੀ ਚਲੋ ਦਿਖਾਓ ਚੰਗਾ ਹੋਇਆ ਸੰਧੂ ਸਾਹਿਬ ਆਪ ਉਹ ਬੀਬੀ ਦੇ ਘਰੇ ਗਏ ਤਾਂ ਬੀਬੀ ਨੇ ਜਾ ਕੇ ਵਿਖਾਇਆ ਉਹ ਕ ਮੈਂ ਤੁਹਾਡੀ ਸਮੱਸਿਆ ਦਾ ਚੇਤਾ ਨਹੀਂ ਭੁਲਾਉਂਦਾ ਇਦਾਂ ਹੀ ਲਾਲਜੀਤ ਸਿੰਘ ਪੁੱਲਰ ਸਾਹਿਬ ਅੰਮ੍ਰਿਤਸਰ ਛੀ ਦਰਬਾਰ ਸਾਹਿਬ ਗਏ ਉੱਥੇ ਵੀ ਦੋ ਚਾਰ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਉੱਥੇ ਸਵਾਲ ਕੀਤੇ ਆਪਣੇ ਮੁੱਦੇ ਦੱਸੇ ਜਾਨੀ ਜੇ ਹੰਸਰਾ ਜਾਂ ਅੰਸਰਾ ਨੂੰ ਜਾਂ ਦਨੇਸ਼ ਬੱਬੂ ਹੁਰਾ ਨੂੰ ਜਾਂ ਬੀਬੀ ਪ੍ਰਨੀਤ ਕੌਰ ਨੂੰ ਜਾਂ ਉਧਰਲੇ ਪਾਸੇ ਆਪਾਂ ਦੇਖੀਏ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਜਾਂ ਕਰਮਜੀਤ ਅਨਮੋਲ ਨੂੰ ਜੇ ਲੋਕ ਕਿਤੇ ਸਵਾਲ ਪੁੱਛਦੇ ਆ ਤਾਂ ਇਹ ਇੱਕ ਚੰਗੀ ਸ਼ੁਰੂਆਤ ਹੈ ਵਨ ਵੇ ਪ੍ਰੋਸੈਸ ਤਾਂ ਹੁਣੇ ਹੀ ਨਹੀਂ ਚਾਹੀਦਾ ਕਿ ਭਾਈ ਲੀਡਰ ਆਏ ਤੇ ਲੀਡਰ ਸਵਾਲ ਕਰਕੇ ਭਾਸ਼ਣ ਕਰਕੇ ਚਲੇ ਗਿਆ ਕਿ ਤੁਸੀਂ ਸਾਨੂੰ ਵੋਟਾਂ ਪਾ ਦਿਓ ਇਹ ਜਿਹੜਾ ਪੰਜਾਬ ਦੇ ਲੋਕਾਂ ਨੇ ਐਤਕੀ ਕੰਮ ਸ਼ੁਰੂ ਕੀਤਾ ਨਾ ਕਿ ਅਸੀਂ ਵਿਹਲੇ ਨਹੀਂ ਹਾਂ ਇੱਕ ਗੱਲ ਦੀ ਬੇਨਤੀ ਅਸੀਂ ਲੋਕਾਂ ਨੂੰ ਜ਼ਰੂਰ ਕਰਦੇ ਹਾਂ ਕਿ ਤੁਸੀਂ ਇਹਨਾਂ ਦੀਆਂ ਰੈਲੀਆਂ 'ਚ ਭਾਵੇਂ ਨਾ ਜਾਓ ਰੋਡ ਸ਼ੋਅ ਦੇ ਵਿੱਚ ਭਾਵੇਂ ਨਾ ਜਾਓ ਇਹਨਾਂ ਦੀਆਂ ਮੀਟਿੰਗਾਂ 'ਚ ਭਾਵੇਂ ਨਾ ਜਾਓ ਪਰ ਤੁਸੀਂ ਵੋਟ ਪਾਉਣ ਪਹਿਲੀ ਜੂਨ ਨੂੰ ਜ਼ਰੂਰ ਜਾਣਾ ਤੇ ਵੋਟ ਚੰਗੇ ਉਮੀਦਵਾਰ ਨੂੰ ਪਾ ਕੇ ਆਉਣੀ ਹੈ ਕਿਉਂਕਿ ਜੇ ਤੁਸੀਂ ਇਹ ਕਹਿੰਦੇ ਕਿ ਅਸੀਂ ਕੀ ਲੈਣਾ ਹੈ ਨਾ ਆਪਾਂ ਲੈਣਾ ਹੈ ਆਪਾਂ ਵੋਟ ਪਾਉਣੀ ਐ ਆਪਾਂ ਚੰਗਾ ਉਮੀਦਵਾਰ ਸਾਨੂੰ ਨਹੀਂ ਪਤਾ ਤੁਸੀਂ ਕਿਹਨੂੰ ਵੋਟ ਪਾਉਣੀ ਪਰ ਤੁਸੀਂ ਚੰਗੇ ਨੂੰ ਜਿਤਾਇਓ ਜੇ ਤੁਸੀਂ ਚੰਗੇ ਸਿਰ ਜਿਤਾ ਕੇ 13 14 ਚੰਡੀਗੜ੍ਹ ਵਾਲਾ ਵੀ 14 ਬੰਦੇ ਚੰਗੇ ਜਿਤਾ ਕੇ ਭੇਜ ਦਿੱਤੇ ਗੱਲ ਸੁਣਨ ਵਾਲੇ ਹੋਏ ਗੱਲ ਕਰਨ ਵਾਲੇ ਹੋਏ ਉਹਨਾਂ ਨੂੰ ਸਿਸਟਮ ਦੀ ਸਮਝ ਹੋਈ ਉਹਨਾਂ ਨੂੰ ਲੋਕਾਂ ਦੇ ਮਸਲਿਆਂ ਦਾ ਪਤਾ ਹੋਇਆ ਤਾਂ ਸੰਧਾਲੀਆ ਸਭ ਮਸਲਾ ਇਹ ਨਹੀਂ ਹੁੰਦਾ ਕਿ ਕੰਮ ਥੋੜਾ ਨੇਪਰੇ ਚੜਿਆ ਕਿ ਨਹੀਂ ਚੜਿਆ ਮਸਲਾ ਇਹ ਹੁੰਦਾ ਕਿ ਕੀ ਥੋੜਾ ਮੁੱਦਾ ਥੋੜਾ ਕੰਮ ਕੇਂਦਰ ਬਿੰਦੂ ਬਣਿਆ ਕਿ ਨਹੀਂ ਬਣਿਆ ਕੇਂਦਰ ਬਿੰਦੂ ਬਣਨਾ ਸਭ ਤੋਂ ਜ਼ਰੂਰੀ ਹੈ ਕੰਮ ਹੋ ਜਾਂਦੇ ਹੁੰਦੇ ਫਿਰ ਦੇ ਬਿਲਕੁਲ ਸਹੀ ਗਾ ਦੇਖੋ ਜੇ ਤੇ ਇਸ ਤਰ੍ਹਾਂ ਲੋਕ ਚੱਲਦੇ ਰਏ ਤੇ ਮੈਨੂੰ ਆਸ ਉਮੀਦ ਹੈਗੀ ਆ ਵੀ ਇਸ ਤਰ੍ਹਾਂ ਕਿਤੇ ਨਾ ਕਿਤੇ ਲੋਕਾਂ ਨੂੰ ਨੇੜੇ ਲਾ ਲੈਣਗੇ ਤੇ ਜੇ ਗੱਲਬਾਤ ਇਸੇ ਤਰ੍ਹਾਂ ਚੱਲਦੀ ਚੁਲਦੀ ਰਹੀ ਵੀ ਮਤਲਬ ਉਹ ਅੱਜ ਇੱਕ ਬੰਦਾ ਤੁਰ ਪਿਆ ਕੱਲ ਨੂੰ ਦੂਜੇ ਦੂਜੇ ਬੰਨੇ ਤੁਰ ਪੇ ਪਰਸੋਂ ਤੀਸਰੇ ਤੀਸਰੇ ਬੰਨੇ ਤੁਰ ਪੇ ਲੜਾਈ ਪੜਾਈ ਦੀਆਂ ਖਬਰਾਂ ਆਉਣ ਲੱਗ ਪੀਆਂ ਖਹਿਣ ਦੀਆਂ ਖਬਰਾਂ ਆਉਣ ਲੱਗ ਪੀਆਂ ਤੈਨੂੰ ਦੇਖ ਲਾਂਗੇ ਕੋਈ ਗੱਲ ਨਹੀਂ ਆ ਲੈਣ ਦੇ ਮੌਕਾ ਉਹਦੀਆਂ ਖਬਰਾਂ ਆਉਣ ਲੱਗ ਪੀਆਂ ਫੇਰ ਮਾੜਾ ਫੇਰ ਵਾਟਸਐਪ ਜਿੰਨਾ ਤੁਸੀਂ ਸਮਝਾਇਆ ਸਾਰਾ ਮਿੱਟੀ ਹਾ ਮੈਨੂੰ ਮੈਨੂੰ ਲੱਗਦਾ ਸੀ ਕਿ ਮੂਸਲ ਜਦੋਂ ਸੰਧਾਲੀਆਂ ਨੇ ਬੰਨਣਾ ਨੇ ਐਂਡ 'ਚ ਬੋਦੀ ਬਿੰਗੀ ਕਰਨੀ ਬੰਦੇ ਨੇ ਇਉਂ ਨਹੀਂ ਸਭ ਛੱਡਦਾ ਆ ਨਹੀਂ ਚਲੋ ਸੰਧਾਲੀਆਂ ਸਭ ਮਿੱਟੀ ਨਹੀਂ ਹੋਣ ਦਿੰਦੇ ਪੰਜਾਬ ਦੇ ਲੋਕ ਨਹੀਂ ਮਿੱਟੀ ਹੋਣ ਦਿੰਦੇ ਕੁਝ ਨਵੇਂ ਉਮੀਦਵਾਰਾਂ ਦੀ ਚਰਚਾ ਹੈ ਕੁਝ ਨਵੇਂ ਚਿਹਰੇ ਜਿਹੜੇ ਉਹ ਚਰਚਾ ਦੇ ਵਿੱਚ ਆ ਰਹੇ ਆ ਕਿ ਉਹ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਚੋਣ ਲੜਨਗੇ ਕੁਝ ਬਾਗੀ ਸੁਰਾਂ ਸੰਧਾਲੀਆਂ ਸਭ ਵੱਖ-ਵੱਖ ਹਲਕਿਆਂ ਤੋਂ ਵੱਖ-ਵੱਖ ਪਾਰਟੀਆਂ ਦੇ ਸਾਹਮਣੇ ਆ ਕੇ ਖਲੋ ਗਈਆਂ ਤੇ ਸੰਧਾਲੀਆਂ ਸਭ ਦੋ ਉਮੀਦਵਾਰ ਚਰਚਾ ਦੇ ਵਿੱਚ ਨੇ ਸੰਭਾਵੀ ਤੇ ਦੋਏ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਹੁਣ ਚਰਚਾ ਦਾ ਕੇਂਦਰ ਰਹਿਣਾ ਇੱਕ ਆਪਾਂ ਗੱਲ ਬਠਿੰਡੇ ਦੀ ਕਰਨੀ ਆ ਤੇ ਦੂਸਰੀ ਸ਼੍ਰੀ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਸ਼ੁਰੂ ਕਰਕੇ ਬਠਿੰਡੇ ਨੂੰ ਚਲਦੇ ਹਾਂ ਹੁਣ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਬਾਕੀਆਂ ਫੈਸਲਾ ਕਰਨਾ ਚਲੋ ਕੋਈ ਗੱਲ ਨਹੀਂ ਆਪਾਂ ਉਧਰਲੇ ਪਾਸੇ ਜਾਂਦੇ ਹੀ ਨਹੀਂ ਉਹ ਤਾਂ ਭਾਵੇਂ 1 ਮਿੰਟ ਦੇ ਵਿੱਚ ਉਮੀਦਵਾਰ ਐਲਾਨ ਦੇਣਾ ਪਰ ਹੁਣ ਕੀ ਹੋਇਆ ਹੈ ਅਸਾਮ ਦੇ ਵਿੱਚ ਡਿਬਰੂਗੜ ਹੈ ਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ 95% ਲੋਕਾਂ ਨੇ ਸਮੇਤ ਮੇਰੇ ਡਿਬਰੂਗੜ ਦਾ ਨਾਮ ਵੀ ਸਵਾ ਕੁ ਸਾਲ ਪਹਿਲਾਂ ਉਦੋਂ ਹੀ ਸੁਣਿਆ ਹੋਣਾ ਜਦੋਂ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਮਸਲਾ ਜਿਹੜਾ ਉਹ ਚੱਲਿਆ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਹੁਣ ਇੱਕ ਚਰਚਾ ਚੱਲ ਰਹੀ ਮਹੀਨਾ ਤੋਂ ਪਹਿਲਾਂ ਵੀ ਚਰਚਾ ਚੱਲੀ ਸੀ ਫਿਰ ਬੰਦ ਹੋ ਗਈ ਕਿ ਉਹ ਸ਼੍ਰੀ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਸਕਦੇ ਆ ਨਾਲ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਫੈਸਲਾ ਕੀ ਹੁੰਦਾ ਉਹ ਅਦਾਲਤਾਂ ਦੇ ਨਿਰਪਰ ਕਰਦਾ ਹੈ ਉਹ ਗਵਾਹਾਂ ਤੇ ਸਬੂਤਾਂ ਤੇ ਦੋਸ਼ਾਂ ਤੇ ਨਿਰਪਰ ਕਰਦਾ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਹੁਣ ਕਿਉਂਕਿ ਚੋਣ ਹੈ ਕਿਉਂਕਿ ਹੁਣ ਇਲੈਕਸ਼ਨ ਹੈ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਸਾਹਿਬ ਹਮ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਉਹ ਕਹਿੰਦੇ ਜੀ ਮੈਂ ਅਸਮ ਦੇ ਵਿੱਚ ਆ ਮੈਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੂੰ ਮਿਲਣ ਗਿਆ ਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੋ ਤੇ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਹੋਰਾਂ ਦਾ ਦਾਵਾ ਕਿ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ ਹੁਣ ਜੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਹੋਰੀ ਉਮੀਦਵਾਰ ਬਣਦੇ ਆ ਕਿਉਂਕਿ ਦਾਵਾ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਅਈ ਅਮਰਤਪਾਲ ਸਿੰਘ ਹੋਰਾਂ ਨੂੰ ਸਪੋਰਟ ਕਰੇਗੀ ਹੋ ਸਕਦਾ ਉਹ ਆਜ਼ਾਦ ਉਮੀਦਵਾਰ ਦੇ ਰੂਪ ਚ ਚੋਣ ਲੜਨ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੂੰ ਮਦਦ ਕਰੇ ਹੋ ਸਕਦਾ ਉਹ ਕਿਸੇ ਚੋਣ ਨਿਸ਼ਾਨ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਲੈਣ ਇਹ ਉਹਨਾਂ ਦਾ ਫੈਸਲਾ ਹੈ ਹੁਣ ਸਭ ਤੋਂ ਵੱਡਾ ਸਵਾਲ ਕਿ ਖਡੂਰ ਸਾਹਿਬ ਮੁਕਾਬਲਤਨ ਪੰਥਕ ਹਲਕਾ ਹੈ ਖਡੂਰ ਸਾਹਿਬ ਉਹੀ ਹਲਕਾ ਹੈ ਜਿੱਥੋਂ ਰਿਕਾਰਡ ਬਣਾਇਆ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿੱਤਦਾ ਕੀ ਖਡੂਰ ਸਾਹਿਬ ਹਲਕਾ ਇੱਕ ਵਾਰ ਫਿਰ ਵੱਖਰੇ ਨਤੀਜੇ ਦੇ ਸਕਦਾ ਹੈ ਪਈ ਅਮਰਿਤਪਾਲ ਸਿੰਘ ਹੋਰਾਈ ਜੇ ਉਮੀਦਵਾਰ ਬਣਦੇ ਐ ਤਾਂ ਕੀ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਸਮੀਕਰਨ ਬਦਲ ਸਕਦੇ ਐ ਕਿਹਨੂੰ ਨੁਕਸਾਨ ਹੋ ਸਕਦਾ ਹੈ ਕਿਹਨੂੰ ਨਫਾ ਹੋ ਸਕਦਾ ਤੇ ਦੂਸਰਾ ਨਾਲ ਦੀ ਨਾਲ ਇੱਕ ਪਹਿਲੂ ਆਪਾਂ ਹੋਰ ਵਿਚਾਰਨਾ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਸ਼੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਨਹੀਂ ਲਾਣੇ ਆ ਬਾਕੀ 12 ਲੋਕ ਸਭਾ ਹਲਕਿਆਂ ਤੋਂ ਕਿ 13 ਤੋਂ ਹੀ ਚੰਡੀਗੜ੍ਹ ਪਾ ਲਈਏ ਵਿੱਚ 13 ਦੇ 13 ਹਲਕਿਆਂ ਤੋਂ ਉਮੀਦਵਾਰ ਅਕਾਲੀ ਦਲ ਦੇ ਮੈਦਾਨ ਚ ਨਹੀਂ ਸ਼੍ਰੀ ਖਡੂਰ ਸਾਹਿਬ ਹਲਕਾ ਜੇ ਖਾਲੀ ਹੈ ਕੀ ਅਕਾਲੀ ਦਲ ਦੇ ਉਮੀਦਵਾਰ ਐਲਾਨਣ ਤੋਂ ਪਹਿਲਾਂ ਜੇ ਭਾਈ ਅਮਰਪਾਲ ਸਿੰਘ ਹੋਰੀ ਆਪਣੀ ਉਮੀਦਵਾਰੀ ਦਾ ਬਕਾਇਦਾ ਐਲਾਨ ਕਰ ਦਿੰਦੇ ਆ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਵੀ ਇਧਰਲੇ ਪਾਸੇ ਸੋਚ ਵਿਚਾਰ ਸਕਦਾ ਇਹ ਮੈਂ ਮੁੱਦਾ ਤਾਂ ਚੁੱਕਿਆ ਕਿਉਂਕਿ ਪਿਛਲੀ ਵਾਰ ਜਦੋਂ ਸੰਗਰੂਰ ਦੀ ਜ਼ਿਮਨੀ ਚੋਣ ਸੀ ਜੀ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਨ ਨੂੰ ਮਿਲਣ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਸੀ ਕਿ ਸਾਂਝਾ ਉਮੀਦਵਾਰ ਹੋਵੇ ਸਾਡਾ ਉਮੀਦਵਾਰ ਹੋਵੇ ਤੁਸੀਂ ਮਦਦ ਕਰੋ ਗੱਲ ਬਣੀ ਨਹੀਂ ਬਣੀ ਇੱਕ ਵੱਖਰੀ ਗੱਲ ਹੈ ਪਰ ਕੀ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਚਰਚਾ ਕਰਦੇ ਹਾਂ ਮੈਨੂੰ ਵੈਸੇ ਵਾਟਸਐਪ ਆਸ ਘਟ ਲੱਗਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਈ ਅਮਰਪਾਲ ਸਿੰਘ ਹਰੋਨ ਨੂੰ ਸਪੋਰਟ ਕਰੇ ਤੁਸੀਂ ਜਿਹੜੀ ਉਦਾਹਰਨ ਦਿੱਤੀ ਹਵਾਲਾ ਦਿੱਤਾ ਸੰਗਰੂਰ ਵਾਲੀ ਮਿਲਣੀ ਦਾ ਜਿਹੜੀ ਕਿਸਮਰਨਜੀਤ ਸਿੰਘ ਮਾਨ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਵਿੱਚ ਹੋਈ ਸੀ ਉਹਦੇ ਠੀਕ ਆ ਬਾਦਲ ਸਾਹਿਬ ਗਏ ਸੀ ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਆਪਾਂ ਸਿਮਰਜੀਤ ਸਿੰਘ ਮਾਨ ਸਾਹਿਬ ਕੇ ਤੁਹਾਡੇ ਨਾਲ ਆ ਉਹਨਾਂ ਕਿਹਾ ਸੀ ਕਿ ਮੁੰਡਾ ਇੱਕ ਹੈ ਉਮੀਦਵਾਰ ਸਾਡਾ ਹੋਊਗਾ ਤੁਸੀਂ ਬਹਿਜੋ ਤੁਸੀਂ ਸਪੋਰਟ ਕਰ ਲਓ ਤੇ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਸਾਹੂ ਕਹਿੰਦੇ ਵੀ ਇਹ ਠੀਕ ਆ ਮੁੱਦਾ ਇੱਕ ਆ ਤੁਸੀਂ ਸਪੋਰਟ ਮੇਰੀ ਕਰ ਦਿਓ ਮੈਂ ਉਧਰਲੇ ਪਾਸੇ ਕਰਨ ਨੂੰ ਸਪੋਰਟ ਕਰਨੀ ਤੇ ਫਿਰ ਉਹਨਾਂ ਨੇ ਉਹ ਭਾਈ ਰਾਜੋਣਾ ਹੋਰਾਂ ਦੇ ਭੈਣ ਜੀ ਹੋਰਾਂ ਨੂੰ ਉਮੀਦਵਾਰ ਬਣਾ ਲਿਆ ਇਧਰ ਵੀ ਜੇ ਆਪਾਂ ਖਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਇਹ ਤੁਹਾਨੂੰ ਯਾਦ ਹੋਣਾ ਜਸਵੰਤ ਸਿੰਘ ਖਾਲੜਾ ਹੋਰਾਂ ਬਾਰੇ ਉਹਨਾਂ ਦੀ ਧਰਮ ਪਤਨੀ ਨੂੰ ਵੀ ਇਸ ਹਲਕੇ ਦੇ ਵਿੱਚੋਂ ਚੋਣ ਲੜਦਿਆਂ ਦੇਖਿਆ ਗਿਆ ਹੁਣ ਉਦੋਂ ਬੀਬੀ ਜਗੀਰ ਕੌਰ ਹੁੜੀ ਵੀ ਉੱਥੇ ਉਮੀਦਵਾਰ ਸੀਗੀ ਉਹ ਜੀ سپورਟ ਕਰਨੀ ਹੁੰਦੀ ਸ਼੍ਰੋਮਣੀ ਕਾਲ ਦਲ ਨੇ ਤੇ ਉਦੋਂ ਪਰਮਜੀਤ ਕੌਰ ਖਾਲੜਾ ਹੋਰਾਂ ਦੇ ਧਿਕਾਰ ਹੀ ਸਕਦੇ ਸੀ ਨਾ ਸੋ ਮੈਨੂੰ ਲੱਗਦਾ ਵੀ ਉਹ ਉਹ ਥੋੜਾ ਜਿਹਾ ਇੱਕ ਕੋਈ ਭਾਵੇਂ ਲੀਕ ਪਰਦਾ ਜਾਂ ਵਾਲ ਪਰਦਾ ਫਾਸਲਾ ਕਹਿ ਲਓ ਉਹ ਸ਼੍ਰੋਮਣੀ ਕਾਲ ਦਲ ਬਾਦਲ ਜਾਂ ਜਿੱਦਾਂ ਦਾ ਵਿਚਾਰ ਜਾਂ ਜਿੱਦਾਂ ਦੀ ਰਾਜਨੀਤੀ ਜਾਂ ਜਿਸ ਤਰ੍ਹਾਂ ਦੇ ਮੁੱਦਿਆਂ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਛੇੜਦੇ ਨੇ ਉਹਨਾਂ ਤੋਂ ਥੋੜਾ ਜਿਹਾ ਮੇਰਾ ਖਿਆਲ ਵਿੱਤ ਪਾ ਕੇ ਚੱਲਦੇ ਆ ਉਹ ਵਿੱਤ ਹੋ ਸਕਦਾ ਇੱਥੇ ਵੀ ਰਵੇ ਹਾਂ ਰਹੀ ਗੱਲ ਭਾਈ ਅਮਰਪਾਲ ਸਿੰਘ ਹੋਰਾਂ ਦੀ ਚੋਣ ਲੜਨ ਦੀ ਤੁਹਾਡੀ ਠੀਕ ਹੈ ਪੰਥਕ ਹਲਕਾ ਕੁਝ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦੇ ਸਮੀਕਰਨ ਹੋਣ ਜੇ ਜੇ ਉਦੋਂ ਸਿਮਰਦੀ ਸਿੰਘ ਮਾਨਜਿਤ ਸਕਦੇ ਜਿਲ੍ਹੇ ਚ ਬੈਠਿਆ ਤੇ ਹੋ ਸਕਦਾ ਹੈ ਕਿ ਲੋਕ ਭਾਈ ਅਮਨਪਾਲ ਸਿੰਘ ਉਹਨਾਂ ਦੀ ਵੀ ਸਪੋਰਟ ਕਰ ਦੇਣ ਇੱਕ ਸੰਧਾਲੀਆ ਸਾਹਿਬ ਮੈਂ ਇੱਥੇ ਠੀਕ ਹੈ ਤੁਹਾਡੀ ਗੱਲ ਮੇਰੀ ਸਹਿਮਤੀ ਅਸਹਿਮਤੀ ਨਹੀਂ ਆਪਾਂ ਸਿਰਫ ਵੱਖਰੇ ਵੱਖਰੇ ਪੱਖਾਂ ਤੇ ਚਰਚਾ ਕਰ ਰਹੇ ਹਾਂ ਕਿਉਂਕਿ ਗੱਲ ਹੁਣੀ ਤੁਰੀ ਹੈ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿਹੜਾ ਲੀਡਰ ਹੈ ਜਿਨੇ ਪਿਛਲੇ 1 ਸਾਲ ਤੇ ਕੁਝ ਮਹੀਨਿਆਂ ਚ ਜਦੋਂ ਦੇ ਉਹ ਡਿਬਰੂਗੜ੍ਹ ਜੇਲ੍ਹ ਦਾ ਮਸਲਾ ਸਾਹਮਣੇ ਆਇਆ ਜਦੋਂ ਦੇ ਭਾਈ ਅਮਰਤਪਾਲ ਸਿੰਘ ਤੋਂ ਉਹਦੇ ਸਾਥੀ ਅੰਦਰ ਨੇ ਸਾਰਿਆਂ ਨੇ ਕਿਹਾ ਸੀ ਕਿ ਉਹਨਾਂ ਨੂੰ ਪੰਜਾਬ ਲੈ ਕੇ ਆਓ ਸਾਰੇ ਹੀ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਕਿ ਗਲਤ ਕੀਤਾ ਗਿਆ ਸਖਤ ਤਰਾਵਾਂ ਲਾਈਆਂ ਗਈਆਂ ਸਾਰੇ ਹੀ ਕਹਿੰਦੇ ਆ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਂਦਾ ਜਾਵੇ ਤੇ ਜੇ ਅੱਜ ਦੀ ਸਥਿਤੀ 'ਚ ਉਹ ਚੋਣ ਲੜਦੇ ਆ ਤੇ ਅਕਾਲੀ ਦਲ ਜੀ ਉਹਨਾਂ ਦੇ ਮੁਕਾਬਲੇ ਦੇ ਉੱਤੇ ਉਮੀਦਵਾਰ ਖੜਾ ਕਰਦਾ ਤਾਂ ਮੈਨੂੰ ਲੱਗਦਾ ਕਿ ਜਿਹੜਾ ਪਿਛਲੇ ਸਾਲ ਸਵਾ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਪੰਥਕ ਮੁੱਦਿਆਂ ਦੇ ਵੱਲ ਧਿਆਨ ਕੇਂਦਰਿਤ ਕੀਤਾ ਹੈ ਉਹ ਤਾਂ ਬੈਗਰ ਲੱਗ ਚੁਕਾ ਮੈਂ ਇਥੇ ਖੁਰ ਤੁਹਾਨੂੰ ਪੱਖ ਦੱਸਣਾ ਜੇ ਭਾਈ ਅਮਰਿਤਪਾਲ ਸਿੰਘ ਉਰੀ ਆਜ਼ਾਦ ਉਮੀਦਵਾਰ ਦੇ ਰੂਪ ਚ ਚੋਣ ਲੜਦੇ ਆ ਜੇ ਤਾਂ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੁੰਦੇ ਫਿਰ ਵੱਖਰੀ ਗੱਲ ਹੈ ਪਰ ਜੇ ਉਹ ਆਜ਼ਾਦ ਉਮੀਦਵਾਰ ਦੇ ਵਿੱਚ ਚੋਣ ਲੜਦੇ ਆ ਫਿਰ ਤਾਂ ਭਾਵੇਂ ਅੱਧੇ ਬੰਦੇ ਸਪੋਰਟ ਕਰਦੇ ਨੇ ਤੇ ਨਾ ਕਰਨ ਫਿਰ ਸਰਦਾਰ ਸਿਵਨਜੀਤ ਸਿੰਘ ਮਾਰੂ ਸਪੋਰਟ ਕਰਦੇ ਉਹ ਉਮੀਦਵਾਰ ਉਹਨਾਂ ਦੇ ਨਹੀਂ ਹੋਣਗੇ ਫਿਰ ਹੋਰ ਵੀ ਕੋਈ ਬੰਦਾ ਸਪੋਰਟ ਕਰ ਸਕਦਾ ਸੋ ਮੈਨੂੰ ਕੁਝ ਹੱਦ ਤੱਕ ਆਸ ਹੈ ਕਿ ਜੇ ਉਹਨਾਂ ਦੀ ਉਮੀਦਵਾਰੀ ਸਪਸ਼ਟ ਹੁੰਦੀ ਹੈ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਰੀ ਮਦਦ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇਧਰਲੇ ਪਾਸੇ ਨੂੰ ਤੁਰ ਸਕਦਾ ਕਿਉਂਕਿ ਨਹੀਂ ਤਾਂ ਜਿਨ੍ਹਾਂ ਪੰਥਕ ਮੁੱਦਿਆਂ ਦੇ ਉੱਤੇ ਪਿਛਲੇ ਸਮੇਂ 'ਚ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ਪੰਥਕ ਮੁੱਦਿਆਂ ਦੇ ਉੱਤੇ ਪਿਛਲੇ ਸਾਲਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਕੇਂਦਰ ਬਿੰਦੂ ਬਣਨ ਦਾ ਯਤਨ ਕੀਤਾ ਫਿਰ ਤੋਂ ਦੁਬਾਰਾ ਪਿਛਲੇ ਮਸਲਿਆਂ ਦੇ ਵਿੱਚ ਗੱਲ ਆਜੂਗੀ ਨਾ ਇਸ ਕਰਕੇ ਕਿਤਨੇ ਕਿਤੇ ਉਹ ਸੰਭਾਵਨਾ ਬਣ ਸਕਦੀ ਆ ਆਪਾਂ ਬਠਿੰਡੇ ਜਾਣਾ ਜੇ ਤੁਸੀਂ ਕੋਈ ਟਿੱਪਣੀ ਕਰਨੀ ਤਾਂ ਕਰ ਦਿਓ ਨੇ ਮੈਨੂੰ ਲੱਗਦਾ ਵੀ ਹੋ ਸਕਦਾ ਕਿਉਂਕਿ ਦੇਖੋ ਇਹ ਤਾਂ ਪੋਲੀਟੀਕਲ ਪਾਰਟੀ ਇਹਨਾਂ ਦੇਖਣਾ ਉਹਨਾਂ ਨੇ ਆਪਣੇ ਸਮੀਕਰਨ ਦੇਖਣਾ ਵੀ ਕਿੱਥੇ ਸਾਨੂੰ ਨਫਾ ਕਿੱਥੇ ਸਾਨੂੰ ਨੁਕਸਾਨ ਆ ਭਾਈ ਅਮਰਪਾਲ ਸਿੰਘ ਦੀ ਰਿਵਰੀ ਉਹਨਾਂ ਦੇ ਆਪਣੀ ਵਿਚਾਰਧਾਰਾ ਸੀ ਆਪਣੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਵਧੇ ਉਸ ਤੋਂ ਬਾਅਦ ਜੋ ਕਹ ਲੂਗੇ ਕਾਨੂੰਨੀ ਰੂਪ ਦੇ ਵਿੱਚ ਉਹ ਲੜਾਈ ਲੜ ਰਹੇ ਨੇ ਉਹਨਾਂ ਦੇ ਵਕੀਰ ਵੀ ਲੜਾਈ ਲੜ ਰਹੇ ਨੇ ਉਹਦੇ ਤੁਹਾਨੂੰ ਲੱਗਿਆ ਹੋਊਗਾ ਵੀ ਇੱਕ ਤਰ੍ਹਾਂ ਦਾ ਪੋਲੀਟੀਕਲ ਮੈਦਾਨ 'ਚ ਕੁੱਦਣਾ ਚਾਹੀਦਾ ਆਪਾਂ ਨੂੰ ਡਿਸੀਜਨ ਉਹ ਕੀ ਲੈਂਦੇ ਨੇ ਜਦੋਂ ਲੈਣਗੇ ਮੇਰਾ ਖਿਆਲ ਆਪਾਂ ਉਦੋਂ ਚਰਚਾ ਕਰ ਲਾਂਗੇ ਪਰ ਦੇਖੋ ਖੜੂਰ ਸਾਹਿਬ ਸੀਟ ਅਜੇ ਖਾਲੀ ਚਰਚਾ ਪਾਉ ਉਦੋਂ ਕਰਦੇ ਸੀ ਜਿਸ ਦਿਨ ਬਠਿੰਡੇ ਵਾਲੇ ਪਾਸਿਓਂ ਕਿ ਹਰ ਸਿਮਰਤ ਬਾਦਲ ਹੋਰਾਂ ਦੀ ਉਧਰੋਂ ਉਮੀਦਵਾਰੀ ਅਨਾਉਂਸ ਕਰ ਦਿੱਤੀ ਆ ਤੇ ਇਧਰਲੇ ਪਾਸੇ ਖਡੂਰ ਸਾਹਵਾਂ ਜੇ ਖਾਲੀ ਆ ਹੋ ਸਕਦਾ ਖਡੂਰ ਸਾਹਬੋਂ ਵੀ ਉਹ ਚੋਣ ਲੜ ਲੈਣ ਪਰ ਜੇ ਮਾਲੋ ਇਧਰ ਰਿਪੋਰਟ ਕਰ ਦਿੰਦੇ ਤੇ ਕੀ ਹਰ ਸਿਮਰਤ ਬਾਦਲ ਬਠਿੰਡੇ ਰਹਿ ਜਾਣਗੇ ਤੇ ਜੇ ਬਠਿੰਡੇ ਦੀ ਗੱਲ ਕਰਦੇ ਹਾਂ ਤੇ ਉੱਥੋਂ ਤੇ ਮਾਰੇ ਮੁਕਾਬਲਾ ਹੁਣ ਹੋਰ ਭਖਣ ਦੀ ਉਮੀਦ ਆ ਕਿਉਂਕਿ ਸਰਦਾਰ ਬਲਕੌਰ ਸਿੰਘ ਹੋਰਾਂ ਬਾਰੇ ਵੀ ਤੇ ਚਰਚਾ ਚੱਲਦੀ ਆ ਨਾ ਕਿ ਸ਼ਾਇਦ ਉਹ ਵੀ ਬਠਿੰਡਿਓਂ ਇਲੈਕਸ਼ਨ ਪੜ ਦੇ ਵਿੱਚ ਖੁੱਦ ਪੈਣ ਇਹ ਇਹ ਸੰਧਾਲੀਆ ਸਭ ਹੁਣ ਬਹੁਤ ਵੱਖਰਾ ਹੋ ਜਾਣਾ ਜੀ ਮਸਲਾ ਦੇਖੋ ਵੈਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਜਿਨ੍ਹਾਂ ਦੇ ਬੜੇ ਚੰਗੇ ਸਬੰਧ ਨਜ਼ਰ ਆਉਂਦੇ ਆ ਸਿੱਧੂ ਮੂਸੇ ਵਾਲਾ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਸਿੱਧੂ ਮੂਸੇ ਵਾਲਾ ਚੋਣ ਲੜੀ ਸੀ 2 ਸਾਲ ਪਹਿਲਾਂ ਵਿਧਾਨ ਸਭਾ ਦੀ ਮਾਨਸੇ ਤੋਂ ਉਹਨਾਂ ਨੇ ਕਿਹਾ ਵੀ ਸੀ ਕਿ ਜੇ ਉਹ ਚੋਣਗੇ ਤਾਂ ਅਸੀਂ ਪਾਰਟੀ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾ ਲਾਂਗੇ ਪਰ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਪੋਰਟਰ ਸੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਕਰਦੇ ਸੀ ਕਿ ਕਿਸੇ ਪਾਰਟੀ ਵੱਲੋਂ ਇਹ ਚੋਣ ਲੜਨੀ ਚਾਹੀਦੀ ਆਪ ਖਲੋਣਾ ਚਾਹੀਦਾ ਹੁਣ ਜੇ ਬਠਿੰਡੇ ਤੋਂ ਕਿਉਂਕਿ ਅਜੇ ਉਹਨਾਂ ਨੇ ਆਪ ਨਹੀਂ ਕਿਹਾ ਨਾ ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਨੇ ਕਿਹਾ ਕਿ ਸਰਦਾਰ ਬਲਕੌਰ ਸਿੰਘ ਹੋਰੀ ਚੋਣ ਲੜਨਗੇ ਪਰ ਜੇ ਸਰਦਾਰ ਬਲਕੌਰ ਸਿੰਘ ਮੈਦਾਨ ਦੇ ਵਿੱਚ ਆਉਂਦੇ ਐ ਤੁਸੀਂ ਬਠਿੰਡੇ ਦਾ ਫਿਰ ਦ੍ਰਿਸ਼ ਦੇਖੋ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਮੈਦਾਨ ਚ ਦੂਸਰੇ ਪਾਸੇ ਬੀਬੀ ਹਰਸਿਮਰਤ ਕੋਰ ਬਦਲ ਸਾਬਕਾ ਕੇਂਦਰੀ ਕੈਬਨਟ ਮੰਤਰੀ ਤੇ ਲਗਾਤਾਰ ਤਿੰਨ ਵਾਰ ਦੇ ਸਿਟਿੰਗ ਐਮਪੀ ਮੈਦਾਨ ਚ ਤੀਸਰੇ ਪਾਸੇ ਜੀਤ ਮਹਿੰਦਰ ਸਿੰਘ ਸਿੱਧੂ ਮੈਦਾਨ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਚੌਥੇ ਪਾਸੇ ਲੱਖਾ ਸਧਾਣਾ ਮੈਦਾਨ ਚ ਪੰਜਵੇਂ ਪਾਸੇ ਬੀਬੀ ਪਰਮਪਾਲ ਕੌਰ ਜਿਹੜੇ ਉਹ ਮਲੂਕਾ ਪਰਿਵਾਰ ਦੇ ਵਿੱਚੋਂ ਨੇ ਤੇ ਭਾਜਪਾ ਦੇ ਉਮੀਦਵਾਰ ਨੇ ਪੰਜ ਤਾਂ ਇਹ ਪਾਸੇ ਹੋ ਗਏ ਪੰਜ ਪਾਸੇ ਆਲਰੇਡੀ ਹੈਗੇ ਆ ਤੇ ਛੇਵਾਂ ਪਾਸਾ ਬਲਕੌਰ ਸਿੰਘ ਹੋਰ ਆਂਦਾ ਜੇ ਵੋਟਾਂ 6 ਹਿੱਸਿਆਂ ਚ ਵੰਡੀਆਂ ਜਾਂਦੀਆਂ ਜੇ ਵੋਟਾਂ 6 ਹਿੱਸਿਆਂ ਚ ਵੰਡੀਆਂ ਜਾਂਦੀਆਂ ਤੁਸੀਂ ਆਪ ਅੰਦਾਜ਼ਾ ਲਾ ਲਓ ਫਿਰ ਕੋਈ ਪਤਾ ਨਹੀਂ ਗੱਲ ਕਿਧਰਲੇ ਪਾਸੇ ਨ ਜਾਊ ਪਰ ਮੈਨੂੰ ਇੱਥੇ ਵੀ ਇੱਕ ਕੁੰਡੀ ਲੱਗਦੀ ਹੈ ਜੀ ਜੇ ਸਰਦਾਰ ਬਲਕੌਰ ਸਿੰਘ ਹੋਰੀ ਮੈਦਾਨ ਦੇ ਵਿੱਚ ਆਉਂਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲਖਾ ਸਿਧਾਣਾ ਸਿੱਧੂ ਮੂਸੇ ਵਾਲੇ ਦੇ ਮਸਲੇ ਦੇ ਵਿੱਚ ਉਹ ਕਿਧਰਲੇ ਪਾਸੇ ਗੱਲ ਕਰਦੇ ਰਹੇ ਐ ਫਿਰ ਉਹਨਾਂ ਦੇ ਲਈ ਕਿਉਂਕਿ ਇੱਕੋ ਇੱਕੋ ਟੋਨ ਹੋ ਜਾਏਗੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਲਖਾ ਸਿਧਾਣਾ ਦੀ ਮਦਦ ਕੀਤੀ ਹੈ ਤੇ ਪਿਛਲੀ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿੱਤ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਘਟਨਾ ਤੋਂ ਬਾਅਦ ਬਣੇ ਮਾਹੌਲ ਦਾ ਕਿੱਡਾ ਵੱਡਾ ਯੋਗਦਾਨ ਸੀ ਕੀ ਜੇ ਸਰਦਾਰ ਬਲਕੌਰ ਸਿੰਘ ਬਠਿੰਡਿਓਂ ਚੋਣ ਲੜਦੇ ਐ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਲਈ ਸੋ ਕਾਏ ਗੱਲ ਲੱਖਾ ਸਦਾਨਾ ਹੋਰਾਂ ਦੀ ਮਦਦ ਕਰਨਾ ਉਹਨਾਂ ਦੀ ਮਦਦ ਕਰਨ ਦਾ ਮਤਲਬ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਖਿਲਾਫ ਜਾਣਾ ਹੀ ਆ ਚਾਹੇ ਬੋਲਣ ਚਾਹੇ ਨਾ ਬੋਲਣ ਬਹੁਤ ਕਸੂਤਾ ਹੋ ਜਾਣਾ ਜੀ ਕੰਮ ਫਿਰ ਇਹ ਇਹ ਗੱਲ ਹੈਗੀ ਆ ਜਿਹੜਾ ਬਠੰਡੇ ਵਾਲੀ ਲੜਾਈ ਆ ਉਹ ਤੇ ਮੇਰੇ ਖਿਆਲ ਪੀ ਕਹ ਲੋ ਕਿ ਵੀ ਪਹਿਲਾਂ ਜ ਆਵਦਾ ਸੀ ਕਿ ਪੇਚੀਦੀ ਹੋਊਗੀ ਹੁਣ ਮੈਨੂੰ ਲੱਗਦਾ ਵੀ ਉਹ ਪੇਚੀਦਾ ਤੋਂ ਵੀ ਗਾਂ ਅਗਲਾ ਮਸਲਾ ਬਣ ਗਿਆ ਵੀ ਇੰਨਿਆ ਕੋ ਗੰਢਾਂ ਤੇ ਗੁੰਝਲਾਂ ਅੱਜ ਪੈ ਜਾਣੀਆਂ ਕਿ ਉਹ ਗੰਢ ਹੁਣ ਖੋਲਣੀ ਨਹੀਂ ਉਹ ਤੇ ਉਹ ਧਾਗਾ ਜਾਂ ਤੰਦ ਉਥੋਂ ਤੋੜਨਾ ਪੈਣਾ ਹੁਣ ਉਹਦੇ ਨਾਲ ਕਿਹੜੀ ਪਾਰਟੀ ਨੂੰ ਕਿੰਨਾ ਕੁ ਲਾਭ ਹਾਨੀ ਹੁੰਦਾ ਇਹ ਮੈਨੂੰ ਲੱਗਦਾ ਵੀ ਜਿਵੇਂ ਜਿਵੇਂ ਇਲੈਕਸ਼ਨ ਡੇਟ ਨੇੜੇ ਆਊਗੀ ਉਦੋਂ ਹੌਲੀ ਹੌਲੀ ਦ੍ਰਿਸ਼ ਸਾਫ਼ ਹੋਊਗਾ ਕਿ ਮੁੱਦੇ ਕਿਹੜੇ ਭਖਦੇ ਨੇ ਮਸਲੇ ਕਿਹੜੇ ਸਾਹਮਣੇ ਆਉਂਦੇ ਨੇ ਉਹਨਾਂ ਮੁੱਦਿਆਂ ਮਸਲਿਆਂ ਦੇ ਉੱਪਰ ਲੋਕ ਕੀ ਸਵਾਲ ਪੁੱਛਦੇ ਨੇ ਜਾਂ ਲੋਕਾਂ 'ਚ ਕਿਹੜੀ ਗੱਲ ਦੀ ਜ਼ਿਆਦਾ ਚਰਚਾ ਚੱਲਦੀ ਆ ਤੇ ਕਿਹੜੀ ਪਾਰਟੀ ਦਾ ਉਮੀਦਵਾਰ ਉਹਨਾਂ ਮੁੱਦਿਆਂ ਮਸਲਿਆਂ ਦੇ ਉੱਪਰ ਚੰਗਾ ਵਧੀਆ ਨਿਠ ਕੇ ਡਟ ਕੇ ਬੋਲਦਾ ਬਿਲਕੁਲ ਸੰਧਾਲੀਆ ਸਭ ਤੇ ਮੈਂ ਇੱਕ ਇਥੇ ਹੋਰ ਦੱਸ ਦਿਆਂ ਥੋੜਾ ਜਿਹਾ ਇੱਕ ਪੱਖ ਹੈ ਅੱਧੇ ਮਿੰਟ ਦੇ ਲਈ ਕੀ ਜੇ ਸਰਦਾਰ ਬਲਕੌਰ ਸਿੰਘ ਉਰੀ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਖੜਦੇ ਆ ਤਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਮਜਬੂਰੀ ਹੋਏਗੀ ਉਹਨਾਂ ਦੀ ਕਾਂਗਰਸ ਦੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਨ ਦੀ ਪਰ ਕੀ ਕਿਸੇ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਦੁਬਾਰਾ ਵੀ ਸੋਚ ਵਿਚਾਰ ਕਰ ਸਕਦੀ ਹੈ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਦੀ ਉਮੀਦਵਾਰੀ ਦੇ ਬਾਰੇ ਕਿ ਭਾਈ ਆਪਾਂ ਸਪੋਰਟ ਹੀ ਕਰ ਦਿੰਨੇ ਆ ਹੋ ਸਕਦਾ ਹੈ ਕਿ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚੋਂ ਫਿਰ ਲਾਹਾ ਮਿਲਣ ਦੀ ਆਸ ਹੋਵੇ ਆਸ ਘੱਟ ਹੈ ਮੈਂ ਸਿਰਫ ਇੱਕ ਸਵਾਲ ਰੱਖਿਆ ਤੁਸੀਂ ਟਿੱਪਣੀਆਂ ਦੇ ਰੂਪ ਦੇ ਵਿੱਚ ਇਸ ਮੁੱਦੇ ਦੇ ਉੱਤੇ ਆਪਦੇ ਵਿਚਾਰ ਵੀ ਰੱਖ ਸਕਦੇ ਹੋ ਪਰ ਸਰਦਾਰ ਬਲਕੌਰ ਸਿੰਘ ਹੋਰੀ ਤੇ ਉਧਰ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਚਰਚਾ ਚੱਲਣ ਤੋਂ ਬਾਅਦ ਕੁਝ ਹੱਦ ਤੱਕ ਦ੍ਰਿਸ਼ਾਂ ਦੇ ਵਿੱਚ ਤਬਦੀਲੀ ਜਿਹੜੀ ਉਹ ਹੋ ਸਕਦੀ ਹੈ ਅਜੇ ਥੋੜਾ ਦਿਨ ਇੰਤਜ਼ਾਰ ਕਰਨਾ ਪਊਗਾ ਤੇ ਸੰਧਾਲੀਆ ਸਾਹਿਬ ਮੈਂ ਅੱਜ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਹਰਿਆਣੇ ਵਾਲਾ ਚੈਪਟਰ ਕਲੋਜ਼ ਕਰਕੇ ਜਾਣਾ ਨਿਵੇੜਨਾ ਉਧਰਲੇ ਪਾਸੇ ਕੰਮ ਕਿਉਂਕਿ ਆਪਾਂ ਸ਼ਾਬਾ ਉਹਨਾਂ ਦਾ ਰੱਖ ਲਈਦਾ ਪੂਣਾ ਰੋਜ਼ ਉਹਨਾਂ ਦਾ ਰੱਖ ਲਈਦਾ ਪਰ ਗੱਲ ਨਹੀਂ ਕਦੇ ਕੀਤੀ ਜਦ ਕਿ ਆਪਾਂ ਨੂੰ ਸੁਣ ਦੇਖਣ ਵਾਲੇ ਹਰਿਆਣੇ ਦੇ ਵਿੱਚ ਬਹੁਤ ਨੇ ਪੰਜਾਬੀ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਦੇ ਹਾਂ ਕਿ ਭਾਈ ਥੋੜੀ ਕਈ ਵਾਰੀ ਅਸੀਂ ਨਿਠ ਕੇ ਗੱਲ ਨਹੀਂ ਕਰ ਪਾ ਰਹੇ ਪਰ ਹੁਣ ਕਿਉਂਕਿ ਪੰਜਾਬ ਤੋਂ ਪਹਿਲਾਂ ਵੋਟਾਂ ਹਰਿਆਣੇ 'ਚ ਪੈਣੀਆਂ ਸੀਟਾਂ ਪੰਜਾਬ ਦੀਆਂ 13 ਤੇ ਹਰਿਆਣੇ ਦੀਆਂ 10 ਤੇ ਪਿਛਲੀ ਵਾਰ ਸੰਧਾਲੀਆ ਸਾਹਿਬ ਭਾਰਤੀ ਜਨਤਾ ਪਾਰਟੀ ਨੇ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ 10 ਦੀਆਂ 10 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ ਤੁਸੀਂ ਦੇਖੋ ਇੱਕੋ ਜਿਹੇ ਨੇ ਪੰਜਾਬ ਤੇ ਹਰਿਆਣਾ ਇੱਕੋ ਜੀ ਖੇਤੀਬਾੜੀ ਇੱਕੋ ਜੀ ਫਸਲਬਾੜੀ ਇੱਕੋ ਜਿਹਾ ਲੱਸੀ ਪਾਣੀ ਪੰਜਾਬ ਦੇ ਵਿੱਚੋਂ ਸਿਰਫ 2 ਸੀ 13 ਦੇ ਵਿੱਚੋਂ ਤੇ ਹਰਿਆਣੇ ਚੋਂ ਦੱਸ ਤੀਆਂ 10 ਪੰਜਾਬ ਦੇ ਵਿੱਚ ਅਜੇ ਉਹ ਸੁਪਨਾ ਲੈਂਦੇ ਆ ਕਿ ਅਸੀਂ ਕਦੇ ਸੂਬੇ ਦੇ ਵਿੱਚ ਸਰਕਾਰ ਬਣਾਈਏ ਤੇ ਹਰਿਆਣੇ ਦੇ ਵਿੱਚ ਲਗਾਤਾਰ ਦੋ ਵਾਰ ਸਰਕਾਰ ਬਣਾ ਲਈ ਇੱਕ ਵਾਰ ਆਪਣੇ ਬੱਲਬੁੱਤੇ ਤੇ ਇੱਕ ਵਾਰ ਭਾਈਵਾਲੀ ਦੇ ਨਾਲ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹਰਿਆਣੇ ਦਾ ਚੋਣ ਦ੍ਰਿਸ਼ ਕੀ ਹੈ ਬਹੁਤ ਸਾਰੇ ਸੱਜਣ ਪੁੱਛਦੇ ਸੀ ਦੇਖੋ ਅਜੇ ਤੱਕ ਦੀ ਸਥਿਤੀ ਇਹ ਹੈ ਕਿ ਉੱਥੇ ਚਾਰ ਕੋਨਾ ਮੁਕਾਬਲਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪਿਛਲੀ ਵਾਰੀ 53 ਫੀਸਦੀ ਵੋਟਾਂ ਲੈ ਕੇ ਸਾਰੀਆਂ 10 ਸੀਟਾਂ ਜਿੱਤ ਗਈ ਸੀ ਇੱਕ ਵੱਡੀ ਲੀਡ ਸੀ ਉਹਨਾਂ ਦੀ ਲੱਖਾਂ ਵੋਟਾਂ ਨਾਲ ਜਿੱਤਿਆ ਉਹਨਾਂ ਦੇ ਉਮੀਦਵਾਰ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜਾ ਮੈਂ ਤੇ ਫੇਰ ਜ਼ੋਰ ਦਿੰਨਾ ਕਾਂਗਰਸ ਤੇ ਆਮ ਆਦਮੀ ਪਾਰਟੀ ਉੱਥੇ ਰਲ ਕੇ ਚੋਣਾਂ ਲੜ ਰਹੇ ਆ ਦਸਾਂ ਦੇ ਵਿੱਚੋਂ 9 ਸੀਟਾਂ ਤੇ ਕਾਂਗਰਸ ਤੇ ਇੱਕ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਇੰਡੀਅਨ ਨੈਸ਼ਨਲ ਲੋਕ ਦਲ ਹੈ ਓਮ ਪ੍ਰਕਾਸ਼ ਚੋਟਾਲਾ ਸਾਹਿਬ ਦੀ ਪਾਰਟੀ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਦਿੱਤਾ ਹੈ ਚੌਥੇ ਨੰਬਰ ਦੇ ਉੱਤੇ ਜਨਨਾ ਇੱਕ ਜਨਤਾ ਪਾਰਟੀ ਐ ਦੁਸ਼ਯੰਤ ਚਟਾਲਾ ਦੀ ਜਿਹੜੀ ਚਟਾਲਿਆਂ ਚੋਂ ਅੱਡ ਹੋ ਕੇ ਆਈ ਐ ਤੇ ਉਹਨਾਂ ਨੇ 4 ਸਾਲ ਤੋਂ ਵੀ ਵੱਧ ਸਮਾਂ ਸੱਤਾ ਹੰਢਾਈ ਬੀਜੇਪੀ ਨਾਲ ਹੁਣ ਗੱਠਜੋੜ ਟੁੱਟ ਗਿਆ ਵੈਸੇ ਉੱਥੇ ਬਸਪਾ ਵੀ ਐ ਇੱਕ ਦੋ ਹੋਰ ਸਿਆਸੀ ਧਿਰਾਂ ਖੱਬੇ ਪੱਖੀ ਵੀ ਚੋਣਾਂ ਲੜ ਰਹੀ ਨੇ ਪਰ ਮੁੱਖ ਤੌਰ ਦੇ ਉੱਤੇ ਇਹ ਚਾਰ ਧਿਰਾਂ ਨੇ ਹੁਣ ਹਾਲਾਤ ਕੀ ਨੇ ਦੇਖੋ ਕਿਸਾਨ ਅੰਦੋਲਨ ਦੇ ਕਰਕੇ ਸਮੱਸਿਆ ਪੰਜਾਬ ਚ ਵੀ ਆ ਰਹੀ ਐ ਬੀਜੇਪੀ ਨੂੰ ਵਿਰੋਧ ਹੋ ਰਿਹਾ ਤੇ ਕੁਝ ਸਮੱਸਿਆ ਹਰਿਆਣੇ ਚ ਵੀ ਐ ਉਥੇ ਵੀ ਇਹਨਾਂ ਦੇ ਉਮੀਦਵਾਰਾਂ ਨੂੰ ਸਵਾਲ ਪੁੱਛੇ ਜਾ ਰਹੇ ਪਰ ਉਥੇ ਵਿਰੋਧ ਪੰਜਾਬ ਜਿੰਨਾ ਨਹੀਂ ਜਾਂ ਅਜੇ ਹੋ ਜੂਗਾ ਜਾਂ ਹੋ ਸਕਦਾ ਕਿ ਨਾ ਵੀ ਹੋਵੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਇੰਡੀਅਨ ਨੈਸ਼ਨਲ ਲੋਕਦਲ ਤੇ ਜਨਨਾ ਇੱਕ ਜਨਤਾ ਪਾਰਟੀ ਮੁਕਾਬਲੇ 'ਚ ਨੇ ਅਜੇ ਤੱਕ ਦੀ ਸਥਿਤੀ ਸੰਧਾਲੀਆ ਸਾਹਿਬ ਵੀ ਦੱਸਦੀ ਹੈ ਕਿ ਭਾਵੇਂ ਅਕਾਲੀ ਦਲ ਨੇ ਓਮ ਪ੍ਰਕਾਸ਼ ਚਟਾਲਾ ਦੀ ਪਾਰਟੀ ਨੂੰ ਉਥੇ ਸਮਰਥਨ ਦਿੱਤਾ ਪਰ ਦੋ ਹਲਕਿਆਂ ਦੇ ਵਿੱਚ ਉਹ ਜਿੱਤ ਹਾਰ ਤਾਂ ਨਿਰਧਾਰਤ ਕਰ ਸਕਦੇ ਆ ਪਰ ਬਾਕੀ ਹਲਕਿਆਂ ਦੇ ਵਿੱਚ ਜੇ ਆਪਾਂ ਕਹੀਏ ਕਿ ਪਹਿਲੇ ਤੇ ਦੂਸਰੇ ਥਾਂ ਦੀ ਲੜਾਈ ਦੇ ਵਿੱਚ ਉਹ ਹੈਗੇ ਆ ਤਾਂ ਨਜ਼ਰ ਨਹੀਂ ਆਉਂਦੇ ਜਾਨਾ ਇੱਕ ਜਨਤਾ ਪਾਰਟੀ ਦੇ ਕੋਲੇ 10-11 ਐਮਐਲਏ ਜ਼ਰੂਰ ਨੇ ਪਰ ਉਹ ਪਹਿਲੀ ਵਾਰ ਲੋਕ ਸਭਾ ਦੀ ਚੋਣ ਇਸ ਤਰੀਕੇ ਲੜ ਰਹੇ ਆ ਗੱਠ ਜੋੜ ਉਹਨਾਂ ਦਾ ਕਿਸੇ ਨਾਲ ਨਹੀਂ ਉਹ ਵੀ ਇੱਕ ਹਲਕੇ ਦੇ ਵਿੱਚ ਸੱਜੇ ਖੱਬੇ ਕਰ ਸਕਦੇ ਆ ਨਤੀਜਾ ਪਰ ਮੁੱਖ ਮੁਕਾਬਲੇ ਤੋਂ ਬਾਹਰ ਜਾਪਦੇ ਆ ਸੋ ਕੁੱਲ ਮਿਲਾ ਕੇ ਹਰਿਆਣੇ 'ਚ ਅੱਜ ਤੱਕ ਦੀ ਜਿਹੜੀ ਤਸਵੀਰ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਤੇ ਭਾਜਪਾ 'ਚ ਮੁਕਾਬਲਾ ਤੇ ਭਾਰਤੀ ਜਨਤਾ ਪਾਰਟੀ ਪਿਛਲੀ ਵਾਰੀ ਕਲੀਨ ਸਵੀਪ ਕਰਕੇ ਸੀ ਦਸਾਂ ਦੇ ਵਿੱਚੋਂ 10 ਸੀਟਾਂ ਤੇ ਉਹਨਾਂ ਨੇ ਇੱਕ ਸਖਤ ਫੈਸਲੇ ਲਏ ਦਸਾਂ ਦੇ ਵਿੱਚੋਂ 6 ਸਿਟਿੰਗ ਐਮਪੀਜ਼ ਦੀਆਂ ਟਿਕਟਾਂ ਕੱਟਤੀਆਂ ਬੀਜੇਪੀ ਨੇ 6 60% ਐਮਪੀਜ਼ ਨੂੰ ਟਿਕਟ ਨਹੀਂ ਦਿੱਤੀ ਬਗਾਵਤ ਇੱਕ ਤੇ ਵੀ ਨਹੀਂ ਹੋਈ ਦੂਸਰਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਬਦਲ ਦਿੱਤਾ ਤੇ ਸਾਬਕਾ ਮੁੱਖ ਮੰਤਰੀ ਮਨੂਰ لال ਖੱਤਰ ਨੂੰ 24 ਘੰਟਿਆਂ ਚ ਹੀ ਕਰਨਾਲ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਕਾਂਗਰਸ ਪਾਰਟੀ ਦੇ ਵਿੱਚੋਂ ਆਏ ਨਵੀਨ ਜਿੰਦਲ ਨੂੰ ਵੀ ਟਿਕਟ ਦੇ ਦਿੱਤੀ ਤੇ ਰਣਜੀਤ ਛਟਾਲਾ ਨੂੰ ਵੀ ਟਿਕਟ ਦੇ ਦਿੱਤੀ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਮਸਲਾ ਹੈ ਇਸੇ ਤਰੀਕੇ ਉੱਥੇ ਇੱਕ ਲੀਡਰ ਹੈ ਬੜਾ ਸ਼ਾਨਦਾਰ ਕਦੇ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੁੰਦਾ ਸੀ ਫਿਰ ਮੰਮਤਾ ਬੇਨਰਜੀ ਦੀ ਟੀਐਮਸੀ ਦਾ ਮੁਖੀ ਬਣ ਗਿਆ ਉਹਦੇ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਮੇਟੀ ਦਾ ਮੁਖੀ ਬਣ ਗਿਆ ਤੇ ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ ਅਸ਼ੋਕ ਤੰਵਰ ਉਹਦਾ ਨਾਂ ਹੈ ਤੇ ਭਾਜਪਾ ਨੇ ਉਹਨੂੰ ਵੀ ਇੱਕ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਲਿਆ ਜਾਣੀ 30% ਟਿਕਟਾਂ ਹਰਿਆਣਾ ਵਿੱਚ ਬੀਜੇਪੀ ਨੇ ਦੂਸਰੇ ਪਾਰਟੀਆਂ ਚੋਂ ਆਏ ਬੰਦਿਆਂ ਨੂੰ ਦਿੱਤੀਆਂ ਅਜੇ ਵੀ ਐਂ ਲੱਗਦਾ ਸੰਧਾਲੀਆ ਸਾਹਿਬ ਜੋ ਹਾਲਾਤ ਨੇ ਕਿਉਂਕਿ ਕਾਂਗਰਸ ਵੱਲੋਂ ਤਾਂ ਉਮੀਦਵਾਰੀ ਕੋਈ ਨਹੀਂ ਭਾਰਤੀ ਜਨਤਾ ਪਾਰਟੀ ਪ੍ਰਚਾਰ ਚ ਵੀ ਉੱਪਰ ਹੈ ਹਰ ਲੋਕ ਸਭਾ ਹਲਕੇ ਚ 6 ਦੇ ਕਰੀਬ ਰੈਲੀਆਂ ਉਹ ਕਰ ਚੁੱਕੇ ਐ ਵਿਰੋਧ ਉਹਨਾਂ ਦਾ ਹੋ ਰਿਹਾ ਪਿਛਲੀ ਵਾਰ ਜਿੰਨੀ ਸਫਲਤਾ ਭਾਵੇਂ ਬੀਜੇ ਨੂੰ ਮਿਲੇ ਨਾ ਮਿਲੇ ਪਰ ਲੱਗਦਾ ਕਿ ਹੱਥ ਨੂੰ ਦੇ ਉੱਪਰ ਰਹਿ ਸਕਦਾ ਦੇ ਹਾਥ ਉੱਪਰ ਰਹਿਣ ਦੇ ਅਸਾਰ ਤੇ ਪੂਰੇ ਨੇ ਕਿਉਂਕਿ ਲਾਸਟ ਦੇ ਵਿੱਚ ਜਾ ਕੇ ਜਿੱਦਾਂ ਖੱਟਰ ਸਾਹਿਬ ਨੂੰ ਪਾਸੇ ਕਰਨਾ ਜਾਂ ਪੂਰਾ ਪੂਰਾ ਮੰਤਰੀ ਮੰਡਲ ਹੀ ਲਾਂਬੇ ਕਰਕੇ ਮੁੱਖ ਮੰਤਰੀ ਵੀ ਨਵੇਂ ਗ੍ਰਹਿ ਮੰਤਰੀ ਜਿਹੜੇ ਇੰਨੇ ਚਿਰ ਤੱਕ ਟਾਹ ਟੱਪੇ ਦਾ ਮਤਲਬ ਰਿਹਾ ਬੰਦਾ ਉਹਨੂੰ اچانک ਆਖਿਆ ਵੀ ਆਪਣੀ ਗੱਡੀ ਲੈ ਕੇ ਚੱਲ ਮਤਰਾ ਘਰ ਨੂੰ ਉਹ ਚੇਂਜਸ ਉਹ ਤਬਦੀਲੀਆਂ ਹੋ ਸਕਦਾ ਕਿਸੇ ਨਾ ਕਿਸੇ ਕੈਲਕੂਲੇਸ਼ਨ ਦਾ ਹਿੱਸਾ ਹੋਵੇ ਪਰ ਜਿਹੜੀ ਗੱਲ ਆ ਤੁਸੀਂ ਕਹੀ ਨਾ ਵਿੱਚ ਪੀ ਦੂਜੀਆਂ ਪਾਰਟੀਆਂ ਚੋਂ ਲਿਆਣ ਕੇ ਕੈਂਡੀਡੇਟ ਤੇ ਉਹਨਾਂ ਨੂੰ ਉਮੀਦਵਾਰ ਦਿੱਤਾ ਜਾਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਜਿਹੜਾ ਹੁਣ ਟ੍ਰੈਂਡ ਆ ਨਾ ਇਹ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਭਾਜਪੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਛੋਟੀ ਵੱਡੀ ਕੋਈ ਮੀਡੀਅਮ ਲੈਵਲ ਦੀ ਬਗਾਵਤ ਦਾ ਰੂਪ ਜ਼ਰੂਰ ਧਾਰਨ ਕਰੂਗਾ ਕਿਉਂਕਿ ਤੁਸੀਂ ਦੇਖੋ ਨਾ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਕਈ ਥਾਵਾਂ ਦੇ ਉੱਪਰ ਸਾਰਾ ਕੁਝ ਹੋ ਰਿਹਾ ਹੁਣ ਜਿਹੜੇ ਪਹਿਲੇ ਲੀਡਰ ਨੇ ਕਿਸੇ ਵੇਲੇ ਹੁੰਦਾ ਵੀ ਇੱਕ ਥਾਂ ਤੋਂ ਇੱਕ ਬੰਦਾ ਚੁੱਪ-ਚੁੱਪ ਕਰਕੇ ਬਹਿ ਗਿਆ ਉਹਨੂੰ ਕੋਈ ਇੱਕ ਲਾਲਚ deta ਹੋਊਗਾ ਦੂਜੀ ਥਾਂ ਤੋਂ ਦੂਜਾ ਚੁੱਪ ਕਰ ਗਿਆ ਕਿ ਉਹਨੂੰ ਕਹਿਤਾ ਹੋਊਗਾ ਪਰ ਜਦੋਂ ਕਿਤੇ ਨਾ ਕਰਦੇ ਤੇ ਫ੍ਰਸਟ੍ਰੇਸ਼ਨ ਦਾ ਲੈਵਲ ਵੱਧ ਆਈ ਹੈ ਤੇ ਜਦੋਂ ਬਹੁ ਗਿਣਤੀ ਹੋ ਜਵੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਬੜੇ ਚਿਰ ਤੋਂ ਪਾਰਟੀ ਦੇ ਨਾਲ ਸੀ ਪਾਰਟੀ ਦੇ ਵਿੱਚ ਵਿਚਰਦੇ ਸੀ ਔਖੇ ਸਮੇਂ ਵਿੱਚ ਨਾਲ ਕੱਢਿਆ ਜਦੋਂ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਇੱਕ ਨਵਾਂ ਟਰੈਂਡ ਬਣ ਗਿਆ ਵੀ 5 ਸਾਲ ਤੁਸੀਂ ਭਾਵੇਂ ਦਰਿਆ ਮਿਚਾਉਂਦੇ ਰਹੋ ਭਾਵੇਂ ਤੁਸੀਂ ਉਥੇ ਲੋਕਾਂ ਦੇ ਮਗਰ ਮਗਰ ਤੁਰੇ ਫਿਰੋ ਹੱਥ ਜੋੜਦੇ ਫਿਰੋ ਜਦੋਂ ਕਿ ਜੋ ਵੋਟਾਂ ਆਉਂਦੀਆਂ ਨੇ 2-3 ਮਹੀਨੇ ਪਹਿਲਾਂ ਅਚਾਨਕ ਕੋਈ ਉਡਾਰੀ ਮਾਰ ਕੇ ਆਉਂਦਾ ਉਹ ਸੀਟ ਵੀ ਲੈ ਜਾਂਦਾ ਉਦੋਂ ਬਾਅਦ ਪਾਰਟੀ ਵੀ ਆਰਡਰ ਕਰ ਦਿੰਦੀ ਵੀ ਤਕੜੇ ਹੋ ਕੇ ਦਾ ਪ੍ਰਚਾਰ ਕਰੋ ਅਸੀਂ ਜਿਤਾ ਕੇ ਨੂੰ ਉੱਪਰ ਭੇਜ ਦਿੰਦੇ ਆ ਨਾ ਉਹ ਸਾਡਾ ਪਤਾ ਲੈਂਦਾ ਨਾ ਪਾਰਟੀ ਸਾਡਾ ਪਤਾ ਲੈਂਦੀ ਵੀ ਫਿਰ ਪਾਰਟੀ 'ਚ ਰਹਿਣਾ ਕਿਉਂ ਇਹ ਚੀਜ਼ ਮੈਂ ਤਾਂ ਇਹ ਕਹਿ ਰਿਹਾ ਵੀ ਕਾਂਗਰਸ ਪਾਰਟੀ ਕਿਉਂਕਿ ਸਵਾ ਸਦੀ ਤੋਂ ਵੱਧ ਪੁਰਾਣੀ ਪਾਰਟੀ ਉਹਨੇ ਇਹ ਚੀਜ਼ ਭੁੱਲਤੀ ਸਟਿਲ ਭੁੱਲਤ ਰਹੇ ਨੇ ਕਿ ਉਹਦੇ ਵਿੱਚ ਧੜੇਬੰਦੀਆਂ ਬਣ ਗਈਆਂ ਉਹ ਧੜੇਬੰਦੀਆਂ ਦਾ ਇਲਾਜ ਅਜੇ ਤੱਕ ਗਾਂਧੀ ਪਰਿਵਾਰ ਕੋਲੋਂ ਹੋਇਆ ਨਹੀਂ ਇਹ ਚੀਜ਼ ਅਜੇ ਚਾਹੇ ਭਾਜਪਾ 'ਚ ਉਪਰੇ ਪੱਧਰ ਤੇ ਨਜ਼ਰ ਨਹੀਂ ਆਉਂਦੀ ਪਰ ਅੰਦਰ ਖਾਤੇ ਜ਼ਰੂਰ ਹੈਗੀ ਉਹ ਹਾਲੀਹਾਲੀਵੁੱਡ ਜਿਹੜੀਆਂ ਪੌਕਟਾਂ ਨੇ ਜਦੋਂ ਮਜ਼ਬੂਤ ਹੋਈਆਂ ਤੇ ਸੇਮ ਬਿਮਾਰੀ ਜਿਹੜੀ ਉਹ ਬਿਮਾਰੀ ਮੈਨੂੰ ਲੱਗਦਾ ਵੀ ਬੀਜੇਪੀ ਨੂੰ ਵੀ ਚੰਬੜ ਸਕਦੀ ਕਿਉਂਕਿ ਬੰਦੇ ਤਾਂ ਉਧਰ ਹੀ ਲੰਦੇ ਜਾ ਰਹੇ ਨੇ ਬਹੁਤੇ ਆਤਾਂ ਪ੍ਰਾਣੀਆਂ ਪਈਆਂ ਹੋਣੀਆਂ ਬਾਕੀ ਸੰਧਾਲੀਆ ਸਾਹਿਬ ਅਸੀਂ ਹਰਿਆਣੇ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਕੋਈ ਲੜਾਈ ਝਗੜਾ ਨਹੀਂ ਤੁਸੀਂ ਸਾਡੇ ਆਪਣਾ ਹੀ ਉਹ ਵੋਟਾਂ ਸਾਰੇ ਪਾ ਕੇ ਆਇਓ ਚੰਗੇ ਸਿਆਣੇ ਉਮੀਦਵਾਰਾਂ ਨੂੰ ਪਾਇਓ ਉੱਥੇ ਇੱਕ ਵੱਖਰੇ ਤਰ੍ਹਾਂ ਦੀ ਵੰਡਰ ਨਜ਼ਰ ਆਉਂਦੀ ਹੈ ਸੰਧਾਲੀਆ ਸਾਹਿਬ ਹਾਲਾਂਕਿ ਅਸੀਂ ਬਿਲਕੁਲ ਵੀ ਇਸ ਗੱਲ ਦੇ ਵਿੱਚ ਯਕੀਨ ਨਹੀਂ ਰੱਖਦੇ ਸਿਆਣੇ ਚੰਗੇ ਉਮੀਦਵਾਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਜਾਟ ਵਰਸਸ ਗੈਰ ਜਾਟ ਦਾ ਮੁੱਦਾ ਉੱਥੇ ਬੜਾ ਪ੍ਰਭ ਇਦਾਂ ਵੰਡਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕ ਸਭਾ ਹਲਕਿਆਂ ਦੇ ਵਿੱਚ जाट ਭਾਈਚਾਰੇ ਦਾ ਵੱਧ ਪ੍ਰਭਾਵ ਹੈ ਉੱਥੋਂ ਭਾਜਪਾ ਨੂੰ ਚਟਕਾ ਲੱਗ ਸਕਦਾ ਤੇ ਜਿਹੜੇ ਇਲਾਕਿਆਂ ਦੇ ਵਿੱਚ ਗੈਰ जाट ਵੋਟਾਂ ਵੱਧ ਨੇ ਉੱਥੇ ਭਾਰਤੀ ਜਨਤਾ ਪਾਰਟੀ ਆਪਣਾ ਪੁਰਾਣਾ ਪ੍ਰਦਰਸ਼ਨ ਦੁਹਰਾ ਸਕਦੀ ਹੈ ਦੂਸਰਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਹੋਏਗਾ ਕਿ ਕੀ ਜਿਹੜੀ ਇੱਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੜੇ ਨੇ ਕਾਂਗਰਸ ਦਾ ਵੋਟ ਉਹਨੂੰ ਭੁਗਤੇਗਾ ਜਿਹੜੇ ਉੱਥੋਂ ਕਾਂਗਰਸ ਪਾਰਟੀ ਦੇ ਦਾਵੇਦਾਰ ਸਨ ਜਿਨ੍ਹਾਂ ਨੇ 4 ਸਾਲ ਕੰਮ ਕੀਤਾ ਹੁਣ ਕੀ ਉਹ ਝਾੜੂ ਚੋਣ ਨਿਸ਼ਾਨ ਨੂੰ ਵੋਟਾਂ ਪਾ ਦੇਣਗੇ ਤੇ ਬਾਕੀ ਨੌ ਲੋਕ ਸਭਾ ਹਲਕਿਆਂ ਦੇ ਵਿੱਚੋਂ ਕੀ ਝਾੜੂ ਵਾਲੇ ਬੰਦੇ ਉਹ ਕਾਂਗਰਸ ਪਾਰਟੀ ਦੇ ਪੰਜੇ ਨੂੰ ਭੁਗਤ ਜਾਣਗੇ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਗੱਠ ਜੋ ਟੁੱਟਿਆ ਤੇ ਇੱਕ ਹੋਇਆ ਭਾਜਪਾ ਸਾਢੇ 4 ਸਾਲ ਜੀਜੇਪੀ ਦੇ ਨਾਲ ਗੱਠ ਜੋੜ ਕਰਕੇ ਰਹੀ ਅੰਤ ਵਿੱਚ ਟੁੱਟ ਗਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਨੂੰ ਝਈਆਂ ਲੈ ਲੈ ਪੈਂਦੇ ਰੇ ਉਹਨਾਂ ਦਾ ਆਖਰੀ ਮੌਕੇ ਦੇ ਉੱਤੇ ਜਾ ਕੇ ਗੱਠ ਛੁੱਡ ਹੋ ਗਿਆ ਇੱਕ ਹੋਰ ਵੀ ਇੱਥੇ ਸਿਨੈਰੀਓ ਕਿ ਜਿਹੜੇ ਇਲਾਕੇ ਅਰਬਨ ਨੇ ਉੱਥੇ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਬੜਾ ਤੇਜ਼ ਹੈ ਦਿੱਲੀ ਦੇ ਨਾਲ ਲੱਗਦੇ ਹਰਿਆਣੇ ਦੇ ਇਲਾਕਿਆਂ 'ਚ ਬੜਾ ਤੇਜ਼ ਹੈ ਜਿਹੜਾ ਜੀਟੀ ਰੋਡ ਜਾਂਦਾ ਜਿਸ ਸ਼ੰਭੂ ਤੋਂ ਲੈ ਕੇ ਆਪਾ ਪਰਲੇ ਪਾਸੇ ਦਿੱਲੀ ਤੱਕ ਜਾਂਦਾ ਉਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਭਾਜਪਾ ਦੀ ਪਕੜ ਕੁਟਕ ਮਜ਼ਬੂਤ ਲੱਗਦੀ ਹੈ ਸੋ ਭਾਜਪਾ ਦੇ ਸਾਹਮਣੇ ਚੁਣੌਤੀ ਹੈ ਪਿਛਲਾ ਪ੍ਰਦਰਸ਼ਨ ਬਰਕਰਾਰ ਰੱਖਣ ਦੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠ ਜੁੜਦੇ ਸਾਹਮਣੇ ਚੁਣੌਤੀ ਹੈ ਕਿ ਭਾਈ ਘੱਟੋ ਘੱਟ ਖਾਤਾ ਖੋਲਿਆ ਜਾਵੇ ਚਟਾਲਿਆਂ ਦੀਆਂ ਦੋਏ ਪਾਰਟੀਆਂ ਜੀ ਜੀ ਪੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਹੋਂਦ ਦਾ ਸਵਾਲ ਹੈ ਭਾਈ ਜੇ ਬਚਾ ਕੇ ਰੱਖਣੀ ਹੈ ਤਾਂ ਕੰਮ ਕਰੋ ਨਹੀਂ ਤਾਂ ਕੋਈ ਗੱਲ ਨਹੀਂ ਵੇਖੋ ਬਾਕੀ ਗੱਠ ਜੁੜਾਂ ਬਾਰੇ ਤਾਂ ਨਹੀਂ ਪਰ ਜਿਹੜਾ ਇੰਡੀਆ ਗੱਠ ਜੁੜ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲਾ ਗੱਠ ਜੁੜਿਆ ਇਹ ਜੇ ਕੋਈ ਆਖੇ ਕਿ 100% ਦੀ ਉਸ ਗੱਠਜੋੜ ਦੇ ਤਹਿਤ ਆਮ ਆਦਮੀ ਪਾਰਟੀ ਵਾਲਿਆਂ ਨੇ ਕਾਂਗਰਸ ਵਾਲਿਆਂ ਦੀ ਮੰਨ ਲੈਣੀ ਹੈ ਜਾਂ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਦੇਣੀਆਂ ਇਹਦੀ ਮੈਨੂੰ ਆਸ ਘੱਟ ਲੱਗਦੀ ਆ ਕੁਝ ਥਾਵਾਂ ਤੇ ਜ਼ਰੂਰ ਇਦਾਂ ਹੋਊਗਾ ਕਿ ਉਹ ਬੰਦੇ ਹੋ ਸਕਦਾ ਉਹਨਾਂ ਲੱਗੇ ਵੀ ਨਹੀਂ ਯਾਰ ਆਪਾਂ ਜਿਤਨਾ ਪਾਰਟੀ ਦੀ ਗੱਲ ਕਰਨੀ ਆ ਗੱਠ ਜੋੜ ਐ ਇਸ ਕਰਕੇ ਆਪਾਂ ਨਹੀਂ ਵੀਏ ਕੁਝ ਲੋਕਾਂ ਨੂੰ ਹੋਊਗਾ ਵੀ ਯਾਰ ਇਹ ਜਤਾਰਾਂ ਦੇ ਕਿਤੇ ਸਿਆਪਾ ਜਾ ਪੱਕਾ ਹੀ ਗੱਲ ਪੈ ਜਾਣਾ ਇਹ ਆਪਣੇ ਘਰ ਰਾਜੀ ਆਪਾਂ ਆਪਣੇ ਘਰ ਰਾਜੀ ਇਦਾਂ ਥੋੜਾ ਹੁੰਦਾ ਹੈ ਕੱਲ ਨੂੰ ਆਖਣਗੇ ਆਹ ਸੀਟ ਵੀ ਉਹਨਾਂ ਨੂੰ ਦੇ ਦਿਓ ਆਹ ਸੀਟ ਵੀ ਉਹਨਾਂ ਨੂੰ ਉਹ ਪੋਲਿਟিক্যাল ਪਾਰਟੀਆਂ ਦੇ ਲੀਡਰਾਂ ਦੇ ਵਿੱਚ ਤੇ ਨਜ਼ਰ ਤੇ ਆਉਂਦਾ ਪਰ ਤੁਸੀਂ ਇੱਕ ਗੱਲ ਦੇਖੋ ਨਾ ਕਿ ਉਸ ਗੱਠਜੋੜ ਨੂੰ ਆਮ ਆਦਮੀ ਪਾਰਟੀ ਵਾਲੇ ਹੁਣ ਕਿਦਾਂ ਹੌਲੀ-ਹੌਲੀ ਸੈਕਰੀਫਾਈਸ ਤੇ ਉੱਪਰ ਵੀ ਆ ਗਏ ਹਰਿਆਣਾ ਜੇ ਤੁਸੀਂ ਗੱਲ ਕਰਤੀ ਪੰਜਾਬ ਦੇ ਵਿੱਚ ਉਧਰੇ ਪਾਸੇ ਹਿਮਾਚਲ ਵੀ ਤੇ ਲੱਗਦਾ ਉਹਨੇ ਹਿਮਾਚਲ ਚ ਉਹਨਾਂ ਕਹਿ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ ਪੇਸੀ ਉਮੀਦਵਾਰ ਆਪਣਾ ਖੜਾ ਕੋਈ ਨਹੀਂ ਕਰਨਾ ਸਾਰੀ ਸਪੋਰਟ ਕਾਂਗਰਸ ਪਾਰਟੀ ਵਾਲਿਆਂ ਨੂੰ ਹੁਣ ਜਿੱਥੇ ਉਹਨਾਂ ਦਾ ਉਮੀਦਵਾਰ ਹੀ ਕੋਈ ਨਹੀਂ ਉੱਥੇ ਆਮ ਆਦਮੀ ਪਾਰਟੀ ਦੇ ਲੀਡਰ ਸਾਰੇ ਦੀ ਸਾਰੀ ਜਿਹੜੀ ਪਾਰਟੀ ਆ ਉਹ ਪੂਰੇ ਪ੍ਰਦੇਸ਼ ਦੇ ਵਿੱਚ ਕਾਗਰੋਸ ਨੇ ਸਪੋਰਟ ਕਰ ਦਣਗੇ ਇਹ ਵੀ ਤੁਹਾਨੂੰ ਦੇਖਣ ਵਾਲੀ ਗੱਲ ਹੀ ਆ ਨਹੀਂ ਇਹ ਬੜਾ ਬੜਾ ਅਜੀਬ ਹੋ ਗਿਆ ਜੀ ਮਸਲਾ ਜੇ ਬਹੁਤ ਕੁਝ ਤਬਦੀਲ ਹੋਊਗਾ ਜੇ ਬਹੁਤ ਕੁਝ ਫੁੱਟ ਪੈਣੀ ਕਾਗਜ਼ ਜੇ ਦਾਖਲ ਜਦੋਂ ਕਰਨੇ ਉਦੋਂ ਤੱਕ ਦੇਖਿਓ ਤੁਸੀਂ ਕਹਾਣੀ ਕਿੱਧਰ ਜਾਂਦੀ ਹੈ ਇਹਦੇ ਤੋਂ ਪਹਿਲਾਂ ਸੰਧਾਲੀਆ ਸਾਹਿਬ ਆਪਾਂ ਅਗਲੀ ਵੱਡੀ ਖਬਰ ਵਾਲੇ ਪਾਸੇ ਵਧੀਏ ਬੀਤੇ ਕੱਲ ਮਹਾਰਾਸ਼ਟਰ ਦੇ ਵਿੱਚ ਇੱਕ ਰੈਲੀ ਹੋ ਰਹੀ ਸੀ ਰੈਲੀ ਭਾਰਤੀ ਜਨਤਾ ਪਾਰਟੀ ਦੀ ਸੀ ਇਕੱਠ ਬਾਵਾ ਸੀ ਨਿਤਿਨ ਗਡਕਰੀ ਸਾਹਿਬ ਕੇਂਦਰ ਦੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਆਪ ਦੇ ਹਲਕੇ ਦੇ ਬੋਟਾਂ ਪਾਇਟੀਆਂ ਉਹ ਮੁੱਖ ਬੁਲਾ ਰਹੇ ਸੀ ਮੁੱਖ ਭਾਸ਼ਣ ਕਰਤਾ ਸੀ ਮੁੱਖ ਮਹਿਮਾਨ ਸੀ ਸੰਬੋਧਨ ਕਰਦਿਆਂ ਕਰਦਿਆਂ ਅਚਾਨਕ ਉਹ ਬਿਉਸ਼ ਹੋ ਗਏ। ਉਹਨਾਂ ਨੂੰ ਫਿਰ ਉੱਥੋਂ ਲੈ ਕੇ ਗਏ ਤੇ ਲੋਕਾਂ ਦੇ ਵਿੱਚ ਚਰਚਾ ਫੈਲ ਗਈ ਕਿਉਂਕਿ ਪਾਰਟੀ ਦੇ ਵਰਕਰ ਮੋਰੇ ਬੈਠੇ ਹੁੰਦੇ ਆ। ਘੰਟੇ ਬਾਅਦ ਉਹਨਾਂ ਨੇ ਫਿਰ ਸੋਸ਼ਲ ਮੀਡੀਆ ਤੇ ਪਾਤਾ ਕਿ ਮੈਂ ਠੀਕ ਠਾਕ ਆ ਜਿੱਥੇ ਅਗਲੀ ਰੈਲੀ ਮੈਂ ਉਧਰਲੇ ਪਾਸੇ ਚੱਲਿਆ। ਹੀਟ ਵੇਵ ਚੱਲ ਰਹੀ ਹੈ ਜੀ ਕੁਝ ਕਸੂਬਿਆਂ 'ਚ ਤੇ ਵੋਟਾਂ ਉੱਥੇ ਵੀ ਪੈਣੀਆਂ ਤੇ ਲੀਡਰਾਂ ਦੇ ਲਈ ਥੋੜਾ ਜਿਹਾ ਔਖਾ ਹੋ ਜਾਂਦਾ ਸੰਧਾਲੀਆ ਸਭ ਤੁਹਾਡੇ ਟੱਬਰ ਦੇ ਲਈ ਕਿ ਭਾਈ ਪਹਿਲਾਂ ਕਿੱਥੇ AC 'ਚ ਬਹਿਣਾ ਸਰਦੀਆਂ ਨੂੰ ਹੀਟਰ 'ਚ ਬਹਿਣਾ ਤੇ ਚੱਪਣੇ ਡਰਾਈ ਫਰੂਟ ਤੇ ਜਦੋਂ ਇੰਨੀ ਗਰਮੀ ਦੇ ਵਿੱਚ ਜਾ ਕੇ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਭਾਸ਼ਣ ਵੀ ਦੇਣੇ ਪੈਂਦੇ ਆ ਤੇ ਏਸੀ ਵੀ ਨਹੀਂ ਹੁੰਦਾ ਔਖਾ ਤਾਂ ਹੁੰਦਾ ਹੀ ਆ ਨਾ ਬਾਕੀ ਗੜਕਰੀ ਸਾਹਿਬ ਤੇ ਸਾਰੇ ਲੀਡਰ ਸਿਹਤਯਾਬ ਰਹਿਣ ਅਸੀਂ ਇਸ ਗੱਲ ਦੀ ਆਸ-ਉਮੀਦ ਕਰਦੇ ਆਂ ਸੰਧਾਲੀਆ ਸਾਹਿਬ ਹੁਣ ਜੇ ਆਪਾਂ ਗੱਲ ਕਰੀਏ RAMDEO ਹੋਰਾਂ ਦੀ ਗੱਲ ਕੀਤੀ ਹੋ ਬਿਨਾ ਸਰਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਹੈ ਤੁਸੀਂ ਇਹ ਦੇਖੋ ਕਿ ਜਦੋਂ ਬੰਦਾ ਜੱਜ ਬਣਦਾ ਨਾ ਕੋਈ ਤਾਂ ਕੋ ਗੱਲ ਹੁੰਦੀ ਆ ਉਹਨਾਂ ਲੋਕਾਂ ਦੇ ਵਿੱਚ ਪੜ੍ਹੇ ਲਿਖੇ ਹੁੰਦੇ ਆ ਬੁੱਧੀਮਾਨ ਹੁੰਦੇ ਆ ਇਸੇ ਕਰਕੇ ਉਹ ਜੱਜ ਹੁੰਦੇ ਆ ਇਸੇ ਕਰਕੇ ਉਹਨਾਂ ਨੂੰ ਤਾਕਤ ਦਿੱਤੀ ਜਾਂਦੀ ਹੈ ਕਿ ਤੁਸੀਂ ਫੈਸਲਾ ਸੁਣਾਓ ਭਾਈ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਪਤੰਜਲੀ ਦਾ ਰਾਮਦੇਵ ਦਾ ਬਾਲਾਕ੍ਰਿਸ਼ਨ ਦਾ ਕੇਸ ਗਿਆ ਮਾਫੀ ਮੰਗੀ ਤੋਂ ਤਿੰਨ ਵਾਰੀ ਫਿਰ ਕਹਿੰਦੇ ਜੀ ਅਸੀਂ ਇਸ਼ਤਿਹਾਰ ਛਪਾਤੇ ਆ ਪੰਜ ਦਰਜਣ ਤੋਂ ਵੱਧ ਅਖਬਾਰਾਂ ਦੇ ਵਿੱਚ ਤੇ ਉਦੋਂ ਜੱਜ ਸਾਹਿਬ ਨੇ ਕੀ ਕਿਹਾ ਸੀ ਕਿ ਇਸ਼ਤਿਹਾਰ ਕਿੱਡੇ ਛਪਾਏ ਆ ਦੱਸਿਓ ਜਿੰਨੇ ਕੁ ਤੁਸੀਂ ਆਪਣੀਆਂ ਦਵਾਈਆਂ ਦੀ ਪ੍ਰੋਮੋਸ਼ਨ ਦੇ ਇਸ਼ਤਿਹਾਰ ਛਪਾਉਨੇ ਆ ਓਡੇ ਕਾ ਕਿ ਛੋਟੇ ਵੱਡੇ ਆ ਤੇ ਇਹ ਵੀ ਕਿਹਾ ਸੀ ਕਿ ਤੁਸੀਂ ਸਾਨੂੰ ਇਸ਼ਤਿਹਾਰ ਦਿਖਾਓ ਪਰ ਉਸੇ ਸਾਈਜ਼ ਦੇ ਵਿੱਚ ਦਿਖਾਓ ਜੇ ਸਾਈਜ਼ ਦੇ ਵਿੱਚ ਤੁਸੀਂ ਛਪਵਾਏ ਐ ਤੇ ਮਾਈਕਰੋਸਕੋਪ ਨਾਲ ਤਾਂ ਨਹੀਂ ਦੇਖਣਾ ਪਊਗਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਤਰੀਕ ਪਾਤੀ ਸੀ 30 ਤੁਸੀਂ ਦੇਖੋ ਪਰਸੋਂ ਸਲਵਾਈ ਹੋਈ ਸੁਪਰੀਮ ਕੋਰਟ 'ਚ ਹਮ ਤੇ ਹੁਣ 48 ਘੰਟਿਆਂ ਦੇ ਅੰਦਰ ਅੰਦਰ ਫੇਰ ਇਸ਼ਤਿਹਾਰ ਦੇ ਦਿੱਤੇ RAMDEV ਹੋਰਾਂ ਨੇ ਪਤੰਜਲੀ ਵਾਲਿਆਂ ਨੇ ਥੋੜੇ ਵੱਡੇ ਕਰਕੇ ਇਸ਼ਤਿਹਾਰ ਦੇ ਦਿੱਤੇ ਕਿ ਭਾਈ ਅਦਾਲਤ ਨੂੰ ਦਿਖਾਉਣੇ ਵੀ ਐ ਉਹਦੇ ਵਿੱਚ ਫੇਰੇ ਲਿਖਿਆ ਅਸੀਂ ਅਦਾਲਤੀ ਹੁਕਮਾਂ ਦੀ ਉਲੰਘਣਾ ਨਹੀਂ ਕਰਾਂਗੇ ਅਸੀਂ ਮਾਫੀ ਮੰਗਦੇ ਹਾਂ ਜੋ ਗਲਤੀਆਂ ਹੋ ਗਈਆਂ ਜਣੀ ਇਹਦਾ ਮੈਂ ਪਹਿਲੇ ਦੇਖਿਆ ਇਸ਼ਤਿਹਾਰ ਪੂਰੇ ਸਫੇ ਦੇ ਖੁੰਝੇ ਤੇ ਛੋਟਾ ਜਿਹਾ ਇਸ਼ਤਿਹਾਰ ਪਹਿਲਾਂ ਹੁਣ ਥੋੜਾ ਜਿਹਾ ਵੱਡਾ ਕਰਕੇ ਦਿੱਤਾ ਕਿ ਭਾਈ ਅਦਾਲਤ ਨੇ ਐਕਚੁਅਲ ਸਾਈਜ਼ ਦੇ ਵਿੱਚ ਇਸ਼ਤਿਹਾਰ ਮੰਗਿਆ ਤੇ ਜੇ ਜੱਜ ਸਾਹਿਬ ਇਦਾਂ ਨਾ ਕਰਦੇ ਜੇ ਉਹ ਸਾਈਜ਼ ਨਾ ਮੰਗਵਾਉਂਦੇ ਆਕਾਰ ਕਿੱਡਾ ਕਾ ਇਸ਼ਤਿਹਾਰ ਦਾ ਫਿਰ ਤਾਂ ਕਈ ਵਾਰੀ ਆਪਾਂ ਅਖਬਾਰ ਜਦੋਂ ਫੋਲੀ ਦੀਏ ਤਾਂ ਉੱਥੇ ਗੂਠਾ ਹੀ ਰੱਖ ਹੋ ਜਾਂਦਾ ਬਹੁਤੀ ਵਾਰੀ ਜਦੋਂ ਅਖਬਾਰ ਦਾ ਸਫਾ ਬਲਟੀ ਦਾ ਜਿੱਥੇ ਕੋ ਇਸ਼ਤਿਹਾਰ ਸੀਗੇ ਹੁਣ ਵੱਡੇ ਕਰਕੇ ਇਸ਼ਤਿਹਾਰ ਦੇ ਹਾਂਜੀ ਆ ਜਾਓ ਫਿਰ ਤੁਸੀਂ ਦੱਸੋ ਨੇ ਮੈਨੂੰ ਇਹ ਲੱਗਦਾ ਵੀ ਇਹ ਨਾ ਹੋਵੇ ਵੀ ਹੁਣ ਜੱਜ ਸਾਹਿਬ ਜਦੋਂ ਦੁਬਾਰਾ ਉੱਥੇ ਬਾਬੇ ਰਾਮਦੇਵ ਹੋਰਾਂ ਨੂੰ ਜਾਣੋਂ ਦੀ ਟੀਮ ਨੂੰ ਮਿਲਣਾ ਤੇ ਜੱਜ ਸਾਹਿਬ ਅਗਲੀ ਗੱਲ ਕਰਨ ਵੀ ਇੱਕ ਗੱਲ ਦੱਸੋ ਬਾਬਾ ਜੀ ਵੀ ਜਦੋਂ ਤੁਸੀਂ ਮਸ਼ਹੂਰੀ ਵਾਲੇ ਇਸ਼ਤਿਹਾਰ ਦਿੰਦੇ ਸੀ ਉਦੋਂ ਕਿਹੜੀ ਕਿਹੜੀ ਅਖਬਾਰ ਦੇ ਵਿੱਚ ਤੇ ਉਹਨਾਂ ਦੇ ਵਿੱਚ ਕਿੰਨੀ ਕੁਆਂਟੀਟੀ ਦੇ ਵਿੱਚ ਛਪਦੀਆਂ ਅਖਬਾਰਾਂ ਵੇਖ ਕੇ ਤੇ ਫਿਰ ਤੁਸੀਂ ਇਸ਼ਤਿਹਾਰ ਦਿੰਦੇ ਸੀ ਤੇ ਜਦੋਂ ਤੁਸੀਂ ਹੁਣ ਇਸ਼ਤਿਹਾਰ ਦਿੱਤੇ ਆ ਕੀ ਉਹ ਵਾਕੇ ਨਾਮੀ ਅਖਬਾਰ ਨੇ ਜਾਂ ਫਿਰ ਕਈ ਵਾਰ ਉਹ ਵਾਲੇ ਅਖਬਾਰ ਵੀ ਹੁੰਦੇ ਜਿਨ੍ਹਾਂ ਦੇ ਵਿੱਚ ਬਸ ਨਾਮ ਦੀ ਚੇਂਜ ਵਾਲੇ ਇਸ਼ਤਿਹਾਰੀ ਸ਼ਬਦ ਹੁੰਦੇ ਆ ਉਹੋ ਜਿਹੇ ਦੇ ਵਿੱਚ ਤੁਸੀਂ ਛਿਪਾ ਕੇ ਤੇ ਆਪਣਾ ਟਾਈਮ ਪਾਸ ਕਰ ਲਿਆ ਹਨ ਇਹ ਹੁਣ ਨਹੀਂ ਅਦਾਲਤ ਨੇ ਤਾਂ ਦੇਖੋ ਗੱਲ ਕਰਨੀ ਹੈ ਅਦਾਲਤ ਜਿੱਥੇ ਤੱਕ ਪਹੁੰਚ ਚੁੱਕੀ ਨਾ ਇਸ ਮਸਲੇ 'ਚ ਸੰਧਾਲੀਆ ਸਾਹਿਬ ਉਹਨਾਂ ਨੇ ਸੋਕੇ ਤਾਂ ਜਾਣ ਨਹੀਂ ਦੇਣੇ ਬਾਕੀ RAMDEV ਹੋਰਾਂ ਦਾ ਹੁਣ ਕੀ ਬਣਦਾ ਉਹ 30 ਤਰੀਕ ਨੂੰ ਪਤਾ ਲੱਗੂ 30 April ਨੂੰ ਸੰਧਾਲੀਆ ਸਾਹਿਬ VV ਪੈਟ ਮਸ਼ੀਨਾ ਜਾਨੀ ਕਿ ਇੱਕ ਮਸ਼ੀਨ ਰੱਖੀ ਹੁੰਦੀ EVM ਜਿਹਦੇ ਤੇ ਆਪਾਂ ਵੋਟ ਪਾਉਨੇ ਆ ਹਰ ਹਲਕੇ 'ਚ 5 VV ਪੈਟ ਮਸ਼ੀਨਾ ਲਾਈਆਂ ਹੁੰਦੀਆਂ ਨਾਲ ਉੱਥੋਂ ਪਰਚੀ ਨਿਕਲਦੀ ਹੈ ਜੇ ਤੋਂ ਸਾਨੂੰ ਪਤਾ ਲੱਗਦਾ ਕਿ ਵੋਟ ਮੇਰੀ ਪੈ ਗਈ ਕਿਹਨੂੰ ਪਈ ਪਰ ਉਹ ਸਿਰਫ 5 EVM ਮਸ਼ੀਨਾਂ ਦੇ ਨਾਲ ਹੁੰਦਾ ਹੁਣ ਪਿਛਲੇ ਦਿਨੀ ਕੇਰਲਾ ਦੀ ਇੱਕ ਉਦਾਹਰਣ ਲੈ ਕੇ ਨਾਮੀ ਤਿੰਨ ਵਕੀਲ ਸੁਪਰੀਮ ਕੋਰਟ ਪੁੱਜਦੇ ਆ ਹੁਣ ਇੱਕ ਸੰਸਾ ਵੱਲੋਂ ਪਟੀਸ਼ਨ ਦਾਇਰ ਹੁੰਦੀ ਹੈ ਕਿ ਪਾਈਆ ਦੇਖੋ ਮਿਲਦੀਆਂ ਨਹੀਂ ਹੈਗੀਆਂ VV Pat ਮਸ਼ੀਨਾਂ ਦੀਆਂ ਪਰਚੀਆਂ ਦੀ ਗਿਣਤੀ ਤੇ EVM ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਤੇ ਬੇਨਤੀਆਂ ਇਹ ਵੀ ਕੀਤੀਆਂ ਗਈਆਂ ਸੀ ਕਿ ਸਾਰੀਆਂ ਹੀ ਈਵੀਐਮ ਮਸ਼ੀਨਾਂ ਦੇ ਨਾਲ ਵੀਵੀ ਪੈਟ ਮਸ਼ੀਨਾਂ ਲਾਓ ਪਰਚੀਆਂ ਦੀ ਗਿਣਤੀ ਵੀ ਨਾਲ ਕਰੋ ਦਿਨ ਭਾਵੇਂ ਜਿੰਨੇ ਮਰਜ਼ੀ ਲੱਗ ਜਾਣਾ ਜੀ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਸ਼ੁਰੂ ਕਰਤੀ ਹੁਣ ਬੀਤੇ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਵੀਵੀ ਪੈਟ ਮਸ਼ੀਨਾਂ ਦੀ ਵਰਤੋਂ ਸੰਬੰਧੀ ਰਾਖਮਾ ਰੱਖ ਲਿਆ ਤੇ ਇਹ ਵੀ ਕਹਤਾ ਉਹ ਕਹਿੰਦੇ ਅਸੀਂ ਤੁਰੰਤ ਨਹੀਂ ਇਹਦੀ ਸੁਣਵਾਈ ਕੀਤੀ ਇਹ ਨਾ ਮਤ ਸਮਝਿਓ ਅਸੀਂ ਤਾਂ ਕੁਝ ਮੁੱਦਿਆਂ ਦੇ ਉੱਤੇ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਸੀ ਜਾਨਣਾ ਚਾਹੁੰਦੇ ਸੀ ਕਿ ਐਕਚੁਅਲ ਸਿਚੁਏਸ਼ਨ ਕੀ ਹੈ ਅਸਲ ਦੇ ਵਿੱਚ ਸਥਿਤੀ ਕੀ ਹੈ ਤੇ ਉਹ ਕਹਿੰਦੇ ਸਾਡੇ ਸਵਾਲ ਸੀ ਸਾਡੇ ਤੋਖਲੇ ਸੀ ਸਾਨੂੰ ਉਹਨਾਂ ਦੇ ਜਵਾਬ ਮਿਲ ਗਏ ਆ ਤੇ ਹੁਣ ਫੈਸਲਾ ਸੀ ਰੱਖਮਾ ਰੱਖ ਲਿਆ ਫੈਸਲਾ ਆਜ ਆ ਜਵੇ ਭੜਕੇ ਆ ਜਵੇ ਦਸਾਂ ਦਿਨਾਂ ਨੂੰ ਆ ਜਵੇ ਉਹਦੇ ਤੋਂ ਬਹੁਤ ਕੁਝ ਜਿਹੜਾ ਉਹ ਸਪਸ਼ਟ ਹੋ ਜਾਊਗਾ ਕਿਉਂਕਿ ਕਈ ਲੋਕਾਂ ਦਾ ਤੋਖਲਾ ਕਿ ਭਾਈ EVM ਦੇ ਨਾਲ ਵੋਟਾਂ ਠੀਕ ਪੈਂਦੀਆਂ ਗਿਣਤੀ ਠੀਕ ਆਉਂਦੀ ਹੈ ਕਈ ਪੱਛਮੀ ਮੁਲਕਾਂ ਨੇ EVM ਦੀ ਜਾਨੀ ਕਿ ਵੋਟਾਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨ ਤੋਂ ਬਾਅਦ ਦੁਬਾਰਾ ਬੈਲਟ ਪੇਪਰ ਵਾਲੇ ਪਾਸੇ ਪੈਰ ਧਰ ਲਿਆ ਹੁਣ ਇਹ ਮਨਜੁਗ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਨਿਰਭਰ ਕਰਦਾ ਪਰ ਮੈਨੂੰ ਬਹੁਤੀ ਆਸ ਇਸ ਕਰਕੇ ਨਹੀਂ ਜਾਪਦੀ ਸੰਧਾਲੀਆ ਸਾਹਿਬ ਕਿਉਂਕਿ ਇੱਕ ਪੜਾ ਦੀਆਂ ਵੋਟਾਂ ਪੈ ਗਈਆਂ ਦੂਸਰੇ ਪੜਾ ਦੀ ਤਿਆਰੀ ਹੈ ਤੀਸਰੇ ਦੇ ਨਾਮੀਨੇਸ਼ਨ ਪੇਪਰ ਸ਼ੁਰੂ ਹੋ ਗਏ ਤੇ ਜੇ ਸਾਰੇ ਪਾਸੇ ਵੀਵੀ ਪੈਟ ਮਸ਼ੀਨਾਂ ਲਾਉਣੀਆਂ ਹੁਣ ਜਾਂ ਅੱਧੇ ਪਾਸੇ ਵੀ ਮਸ਼ੀਨਾਂ ਵੀ ਚਾਹੀਦੀਆਂ ਉਹਦੇ ਲਈ ਕਾਰੀਗਰ ਵੀ ਚਾਹੀਦੇ ਹੈ ਰਿਆਸਲਾਂ ਵੀ ਕਰਾਉਣੀਆਂ ਸੋ ਐਸ ਇਲੈਕਸ਼ਨ ਦੇ ਵਿੱਚ ਤਾਂ ਬਹੁਤੀ ਸੰਭਾਵਨਾ ਜਾਪਦੀ ਨਹੀਂ ਇਹ ਗਲਤ ਅਡੀ ਠੀਕ ਹੈ ਇਹ ਇਹ ਪੋਸਿਬਿਲਟੀ ਨਹੀਂ ਹੈਗੀ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਜਿਸ ਪਾਸੇ ਚਰਚਾ ਚੱਲ ਰਹੀ ਆ ਜਦੋਂ ਤੱਕ ਕਿ ਚਰਚਾ ਕਿਸ ਨਾ ਕਿਸੇ ਪਾਸੇ ਲਾਗੇ ਬੰਨੇ ਲੱਗਣੀ ਆ ਕਿ ਪਰਚੀਆਂ ਦੇ ਉੱਪਰ ਜਿਹੜੀਆਂ ਵੋਟਾਂ ਪੈਣ ਜਾਂ ਫਿਰ ਹਰੇਕ ਈਵੀਐਮ ਦੇ ਵਿੱਚੋਂ ਇੱਕ ਪ੍ਰਿੰਟ ਆਊਟ ਨਿਕਲੇ ਕਿ ਕਿਸ ਉਮੀਦਵਾਰ ਨੂੰ ਵੋਟ ਪਈ ਜਿਹਨੂੰ ਆਪਾਂ ਵੀਵੀ ਪੈਟ ਮਸ਼ੀਨ ਕਹਿ ਦਿੰਨੇ ਆ ਉਹ ਮੈਨੂੰ ਲੱਗਦਾ ਵੀ ਸ਼ਾਇਦ ਹੋ ਸਕਦਾ 2-4-5 ਸਾਲ ਜਾਂੋਂ ਤੱਕ ਅਗਲੀਆਂ ਇਲੈਕਸ਼ਨਾਂ ਤੱਕ ਜੇ ਇਹ ਕੰਮ ਚੱਲੇ ਜਾਂਦਾ ਤੇ ਸ਼ਾਇਦ ਇਹ ਪਿੱਛੇ ਪੈ ਜਾਵੇ ਗੱਲ ਉਕੇ ਅੱਜ ਤੱਕ ਜਿੱਦਾਂ ਹਰ ਚੀਜ਼ ਬੜੀ ਡਿਜੀਟਲ ਹੁੰਦੀ ਜਾ ਰਹੀ ਹੈ ਤੁਸੀਂ ਨੋਟਿਸ ਕੀਤਾ ਹੋਣਾ ਕਿ ਉਹ ਕਿਊ ਆਰ ਕੋਡ ਜੇ ਬੜੇ ਆਮ ਚੱਲ ਪਏ ਕਿ ਤੁਸੀਂ ਕਿਊ ਆਰ ਕੋਡ ਜਿਹੜਾ ਉਹਨੂੰ ਸਕੈਨ ਕਰਦੇ ਹੋ ਨਾਲ ਦੇ ਨਾਲ ਹੀ ਪੁੱਛ ਲਿਆ ਵੀ ਉਹਦੇ ਵਿੱਚ ਕੀ ਜਾਣਕਾਰੀ ਕੀ ਹੈ ਹੁਣ ਜਿਹੜੀ ਮੈਨੂੰ ਲੱਗਦਾ ਹੈ ਵੀ ਇਹਦੀ ਡਿਜੀਟਲ ਰੂਪਰੇਖਾ ਹੈ ਸ਼ਾਇਦ ਉਸ ਵਾਲੇ ਪਾਸੇ ਗੱਲ ਚੱਲੇ ਕਿ ਈਵੀਐਮ ਦੇ ਉੱਪਰ ਤੁਸੀਂ ਬਟਨ ਲੱਪਿਆ ਜਿਹੜੀ ਜਿਹੜੀ ਇਨਫਰਮੇਸ਼ਨ ਉਸ ਮਸ਼ੀਨ ਦੇ ਵਿੱਚ ਗਈ ਉਹਦੇ ਨਾਲ ਹੀ ਇੱਕ ਬਣਦੀ ਇਨਫਰਮੇਸ਼ਨ ਕਿਸੇ ਹੋਰ ਜਗਾਦੀਪੁਰ ਪਈ ਕਿਸੇ ਸਰਵਰ ਦੇ ਉੱਪਰ ਜਿਹੜਾ ਕਿ ਇੰਡੀਪੈਂਡੈਂਟ ਹੋਵੇ ਇਲੈਕਸ਼ਨ ਕਮਿਸ਼ਨ ਦੇ ਕੋਲ ਉੱਥੇ ਬਰਾਬਰ ਦਰਜ ਹੋ ਉਹ ਇੱਕ ਡਿਜੀਟਲ ਤੌਰ ਦੇ ਉੱਪਰ ਜਦੋਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਆਪਾਂ ਚੀਜ਼ ਕਰਨ ਦੀ ਗੱਲ ਕਰਾਂਗੇ ਇੱਕ ਤਾਂ ਹੋ ਗਿਆ ਮਸ਼ੀਨ ਮਸ਼ੀਨ ਬਣ ਕੇ ਆਈ ਹੈ ਕਿਤੇ ਉਹਦੇ ਵਿੱਚ ਕੀ ਪ੍ਰੋਗਰਾਮਿੰਗ ਉਹ ਵੱਖਰੀ ਗੱਲ ਉਸ ਮਸ਼ੀਨ ਨੇ ਕੀ ਸਿਗਨਲ ਦਿੱਤਾ ਉਹਨੇ ਜਦੋਂ ਫਲਾਣਾ ਨੰਬਰ ਬਟਨ ਨੱਪਿਆ ਤੇ ਅੱਗੇ ਕਿੱਥੇ ਹੋ ਗਈ ਉਹ ਚੀਜ਼ ਉਹ ਇੱਕ ਵੱਖਰੀ ਥਾਂ ਦੇ ਉੱਪਰ ਵੀ ਸਟੋਰ ਹੋਵੇ ਮੈਨੂੰ ਲੱਗਦਾ ਕਿ ਉਹਦੇ ਨਾਲ ਇਹ ਆ ਕਿ ਗਿਣਤੀਆਂ ਮਿੰਟੀਆਂ ਕਰਨੀਆਂ ਸੌਖੀਆਂ ਹੋ ਜਾਣਗੀਆਂ ਇਹ ਚਰਚਾ ਹੋਲੀ-ਹੋਲੀ ਇਹਦੇ ਛਿੜਦੀ ਆ ਮੈਂ ਕਿਤੇ ਸੁਣਦਾ ਪੜਦਾ ਸੀ ਤਾਂ ਮੈਂ ਆਖਿਆ ਵੀ ਚਲੋ ਅੱਜ ਇੱਕ ਪ੍ਰੋਗਰਾਮ 'ਚ ਜ਼ਿਕਰ ਕਰਦੇ ਆਂ ਪਰਿਵਾਰ ਦੇ ਮੈਂਬਰ ਜ਼ਰੂਰ ਟਿੱਪਣੀ ਕਰਿਓ ਕਿ ਬਾਅਦ ਦੇ ਵੀ ਜਦੋਂ ਮਸ਼ੀਨ ਨੂੰ ਖੋਲਿਆ ਜਾਂਦਾ ਤਾਂ ਫਿਰ ਪਤਾ ਲੱਗਦਾ ਵੀ ਇਸ ਮਸ਼ੀਨ ਦੇ ਵਿੱਚ ਐਸ ਨੰਬਰ ਦੇ ਉੱਪਰ ਇਨੀਆਂ ਪਈਆਂ ਐਸ ਨੰਬਰ ਤੇ ਇਨੀਆਂ ਪਈਆਂ ਐਸ ਨੰਬਰ ਤੇ ਇਨੀਆਂ ਪਈਆਂ ਫੁਲਾਨਾ ਉਮੀਦਵਾਰ ਜਾਂ ਫੁਲਾਨੇ ਚੋਣ ਦਾ ਨਿਸ਼ਾਨ ਵਾਲਾ ਉਮੀਦਵਾਰ ਜੇਤੂ ਪਰ ਉਹਦੇ ਪੈਰਲਲ ਉਹ ਜਿਹੜੀ ਇੱਕ ਦੂਸਰੀ ਜਗ੍ਹਾ ਦੇ ਉੱਪਰ ਪਈ ਇਨਫੋਰਮੇਸ਼ਨ ਹੈ ਉਹਨੂੰ ਨਾਲ ਮਿਲਾਉਣਾ ਬੜਾ ਸੌਖਾ ਤੇ ਆਸਾਨ ਹੋ ਜਾਣਾ ਕਿਉਂਕਿ ਉਹ ਡਿਜੀਟਲ ਘਰੇ ਬੈਠੇ ਜਿੰਨੀਆਂ ਮਰਜ਼ੀਆਂ ਸਲਾਹਾਂ ਦਈ ਜੋ ਸੰਧਾ ਲਈ ਸਭ ਕੁਝ ਰੋਕਦਾ ਥੋੜੀ ਆ ਬੰਦਾ ਤੂੜੀ ਦੱਬਦਾ ਮੂਸਲ ਚ ਵੜਿਆ ਤੇ ਐਡਾ ਵੱਡਾ ਮੁਲਕ ਹੈ ਚਲੋ ਕੋਈ ਗੱਲ ਨਹੀਂ ਤੁਹਾਡੀ ਸਲਾਹ ਅਸੀਂ ਅਸੀਂ ਸੁਣ ਲਈ ਆ ਮੇਰੀ ਗੱਲ ਸੁਣੋ ਬਾਟ ਸਾਹਿਬ ਇੱਕ ਗੱਲ ਹੈਗੀ ਆ ਜਦੋਂ ਮੈਂ ਕਿਤੇ ਤੁਹਾਡੇ ਲੋਕਾਂ ਦੀ ਗੱਲ ਕਰਦਾ ਨਾ ਫਿਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਨਹੀਂ ਯਕੀਨ ਦੀ ਗੱਲ ਇੰਦਾ ਕਿਦਾਂ ਮੈਂ ਤਾਂ ਸਿਰਫ ਇਹ ਨੇੜੇ ਹੋਣ ਨਹੀਂ ਦਿੰਦੇ ਮੈਂ ਵੀ ਮੈਂ ਜਗਾ ਰਹਿਣ ਦੋ ਫਿਰ ਪਾਈ ਆ ਉਹ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਕਿ ਜਦੋਂ ਚੁੰਡੀ ਵੱਡ ਹੁੰਦੀ ਹੈ ਨਾ ਐਦਾਂ ਲੱਗਦਾ ਵੀ ਤੁਹਾਨੂੰ ਪੀੜ ਤਾਂ ਹੋਵੇ ਤੁਸੀਂ ਰੋਜ਼ ਪੀੜਾ ਦਿੰਦੇ ਹੋ <laughs> अच्छा संदालिया सब और देखो ਹੁਣ ਅਗਲੇ ਪਾਸੇ ਨੂੰ ਤੁਰਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਹਰਾਂ ਦੀ ਪਾਰਟੀ ਜਿਹੜੀ ਹੈ ਲੱਗਦਾ ਹੈ ਕਿ ਉਹਨਾਂ ਦੀ ਗੱਡੀ ਦਾ ਬਹੁਤਾ ਤੇਲ ਤਾਂ ਰੂਸਿਆਂ ਨੂੰ ਮਨਾਉਣ ਤੇ ਲੱਗ ਜਾਣਾ ਪਹਿਲਾਂ ਪਟਿਆਲੇ ਜਾਂਦੇ ਰਹਿ ਉੱਥੇ ਜਾ ਕੇ ਕੰਮ ਨੇੜੇ ਲਿਆਂਦਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਰਾਤ ਥੋੜੀ ਜਿਹੀ ਸੌਖੀ ਕੀਤੀ ਉਹਦੇ ਤੋਂ ਬਾਅਦ ਫਿਰ ਉਧਰ ਉਹਨਾਂ ਨੂੰ ਜਾਣਾ ਪਿਆ ਖੈਰਾ ਸਾਹਿਬ ਦੇ ਲਈ ਸੰਗਰੂਰ ਗੋਲਡੀ ਹੋਰਾਂ ਨੂੰ ਮਨਾਇਆ ਫੇਰ ਹੁਸ਼ਿਆਰਪੁਰ ਦੇ ਵਿੱਚ ਬੀਬੀ ਜਮਨੀ ਗੋਮਰ ਨੂੰ ਟਿਕਟ ਦਿੱਤੀ ਤਾਂ ਪਵਨ ਆਦਿਆ ਸਾਹਿਬ ਸ਼ਾਮਚਰਾਸੀ ਦੇ ਐਮਐਲਏ ਰਹੇ ਨੇ ਟਿਕਟ ਭਾਲਦੇ ਸੀ ਉਹ ਵੀ ਉਹ ਗੁੱਸੇ ਹੋ ਗਏ ਉਹਨਾਂ ਨੂੰ ਘਰੇ ਜਾ ਕੇ ਮਨਾਇਆ ਹੁਣ ਦੋ ਜਗ੍ਹਾ ਦੇ ਉੱਤੇ ਸਮੱਸਿਆ ਹੋਰ ਹੈ ਡਾਕਟਰ ਅਮਰ ਸਿੰਘ ਉਹਨਾਂ ਨੂੰ ਦੁਬਾਰਾ ਟਿਕਟ ਮਿਲੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਐਮਪੀ ਨੇ ਉਹ ਤੇ ਅਚਾਨਕ ਜ਼ਿਲ੍ਹਾ ਪ੍ਰਧਾਨ ਸਾਹਿਬका ਐਮਐਲਏ ਲਖਵੀਰ ਸਿੰਘ ਲੱਖਾ ਉਹ ਸੋਸ਼ਲ ਮੀਡੀਆ ਤੇ ਆ ਗਿਆ ਉਹ ਕਹਿੰਦੇ ਜੀ ਮੈਂ ਤਾਂ ਦਾਵੇਦਾਰ ਸੀ ਮੇਰੀ ਟਿਕਟ ਕਟਾਤੀ ਗਈ ਇੱਕ ਬਹੁਤ ਵੱਡਾ ਲੀਡਰ ਹੈ ਉਹਨੇ ਕਟਾਈ ਹੈ ਐਦਾਂ ਹੋ ਗਿਆ ਕਾਂਗਰਸ ਪਾਰਟੀ ਦੇ ਵਿੱਚ ਨਵੇਂ ਬੰਦਿਆਂ ਨੂੰ ਗੈਰ ਸਿਆਸੀ ਪਿਸ਼ੂਕੜ ਵਾਲੇ ਬੰਦਿਆਂ ਨੂੰ ਤਾਂ ਅੱਗੇ ਨਹੀਂ ਵਧਣ ਦਿੰਦੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਯਾਰ ਮੈਨੂੰ ਨਹੀਂ ਪਤਾ ਮੇਰੇ ਨਾਲ ਤਾਂ ਜਿੱਦਣ ਦੀ ਅਨਾਉਂਸਮੈਂਟ ਹੋਈ ਆ ਮੇਰੇ ਨਾਲ ਪ੍ਰਚਾਰ ਕਰਦੇ ਆ ਲੱਖਾ ਸਾਹਿਬ ਮੈਂ ਕਰੂੰਗਾ ਗੱਲ ਉਹਨਾਂ ਦੇ ਨਾਲ ਅੱਜ ਵੀ ਸਵੇਰੇ ਕਹਿੰਦੇ ਮੇਰੇ ਨਾਲ ਹੀ ਸੀਗੇ ਪਤਾ ਨਹੀਂ ਉਹਨਾਂ ਨੇ ਐਦਾਂ ਕਿਉਂ ਕੀਤੀ ਹੈ ਦੂਸਰੇ ਪਾਸੇ ਫਰੀਦਕੋਟ ਤੋਂ ਮੁਹੰਮਦ ਸਦੀਕ ਸਾਹਿਬ ਜਿਹੜੇ ਨੇ ਉਹਨਾਂ ਨੂੰ ਆਰਾਮ ਦਿੱਤਾ ਕਾਂਗਰਸ ਪਾਰਟੀ ਨੇ ਸਿਟਿੰਗ ਐਮਪੀ ਦੀ ਟਿਕਟ ਕੱਟ ਕੇ ਬੀਬੀ ਅਮਰਜੀਤ कौर ਸਾਹੋਕੇ ਨੂੰ ਟਿਕਟ ਦਿੱਤੀ। ਉਹਨਾਂ ਦੇ ਖਿਲਾਫ ਵੀ ਇੱਕ ਦੋ ਜਗ੍ਹਾ ਦੇ ਉੱਤੇ ਕਾਂਗਰਸ ਪਾਰਟੀ ਦੇ ਜਿਹੜੇ ਸਥਾਨਕ ਲੀਡਰ ਨੇ ਜਿਹੜੇ ਟਿਕਟਾਂ ਭਾਲਦੇ ਸੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਭਾਈ ਅਸੀਂ ਪਾਰਟੀ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਇੰਨੇ ਤਹਾਕੇ ਹੋ ਗਏ ਅਸੀਂ ਦਰੀਆਂ ਬਿਛਾਉਂਦੇ ਰਹਿ ਗਏ ਤਾਂ ਬੀਬੀ ਜਦੋਂ ਤਿੰਨ-ਚਾਰ ਸਾਲਾਂ ਦੇ ਵਿੱਚ ਆ ਕੇ ਟਿਕਟ ਲੈ ਗਿਆ ਸਾਨੂੰ ਮਨਜ਼ੂਰ ਨਹੀਂ। ਹੁਣ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗਰਾਂ ਨੂੰ ਆਪਣੀ ਕਾਰ ਦਾ ਸਟੀering ਡਰਾਈਵਰ ਸਾਹਿਬ ਨੂੰ ਕਹਿ ਕੇ ਫਰੀਦਕੋਟ ਤੇ ਮੈਨੂੰ ਲੱਗਦਾ ਵਟਸਐਪ ਕਿ ਜਿੰਨਾ ਲੰਮਾ ਸਮਾਂ ਪੈ ਗਿਆ ਨਾ ਇਲੈਕਸ਼ਨ ਦੀ ਅਨਾਉਂਸਮੈਂਟ ਤੋਂ ਬਾਅਦ VOTING DAY ਦੇ ਵਿੱਚ ਕਿਉਂ ਪੰਜਾਬ ਦੀ ਵਾਰੀ ਬਿਲਕੁਲ ਐਂਡ ਵਾਲੀ ਜਿਹੜਾ ਕੈਲੋ ਰਾਉਂਡ ਹੈ ਉਹਦੇ ਵਿੱਚ ਆਉਣੀ ਹੈ ਉਹਦਾ ਕਰਕੇ ਸਾਰੀਆਂ ਸਮੱਸਿਆਵਾਂ ਆਉਂਦੀਆਂ ਪਈਆਂ ਜੇ ਮੰਨ ਲਓ ਕਿ ਉਧਰੋਂ ਇਲੈਕਸ਼ਨ ਦੀ ਅਨਾਉਂਸਮੈਂਟ ਹੁੰਦੀ ਤੇ ਪਹਿਲੇ ਨਹੀਂ ਤੇ ਦੂਸਰੇ ਤੀਸਰੇ ਗੇਟ ਦੇ ਵਿੱਚ ਪੰਜਾਬ ਵਾਲੀਆਂ ਵੋਟਾਂ ਦਾ ਕੰਮ ਨਿਪਟੜ ਜਾਂਦਾ ਮਹੀਨਾ ਕੀ ਹੁੰਦਾ ਇਲੈਕਸ਼ਨ ਡੇਟ ਅਨਾਉਂਸ ਹੋਈ ਵੀ ਐਸ ਐਸ ਪੜਾਜ ਵੋਟਾਂ ਪੈਣੀਆਂ ਮਹੀਨੇ ਦੇ ਵਿੱਚ ਮੰਨ ਲਓ ਵੀ ਇਲੈਕਸ਼ਨ ਡੇਟ ਹੁੰਦੀ ਤੇ ਸ਼ਾਇਦ ਜਿੰਨੇ ਪਵਾੜੇ ਇਸ ਵਕਤ ਪੈ ਰਹੇ ਨੇ ਜਾਂ ਜਿੰਨੀਆਂ ਪਾਰਟੀਆਂ ਦਲ ਬਦਲੀ ਕਰਵਾ ਰਹੀਆਂ ਨੇ ਜਾਂ ਖੁਦ ਲੀਡਰ ਕਰ ਰਹੇ ਨੇ ਜਾਂ ਦਾ ਕੋ ਉਮੀਦਵਾਰ ਕਰ ਰਿਹਾ ਜਾਂ ਉਮੀਦਵਾਰ ਦਾ ਚਾਹਵਾਨ ਕਰ ਰਿਹਾ ਸ਼ਾਇਦ ਨਾ ਹੁੰਦਾ ਕਿਉਂਕਿ ਉਹ ਸੁਮਾ ਨਹੀਂ ਸੀ ਹੁਣਾ ਦੂਸਰੇ ਪਾਸੇ ਹੁਣ ਜਿੰਨਾ ਜਿੰਨਾ ਸਮਾਂ ਪਈ ਜਾਂਦਾ ਹੁਣ ਤੁਸੀਂ ਦੇਖੋ ਵੀ ਇੱਕ ਇੱਕ ਗੱਲ ਤੇ ਇਹ ਹੁੰਦੀ ਆ ਵੀ ਉਮੀਦਵਾਰ ਖੜਾ ਹੋ ਗਿਆ ਦੂਸਰੇ ਪਾਸੇ ਹਰੇਕ ਨੂੰ ਆਸ ਹੁੰਦੀ ਵੀ ਯਾਰ ਅਜੇ ਕਦੋਂ 1 ਜੂਨ ਨੂੰ ਵੋਟਾਂ ਨੇ ਗੁਰੂ ਉਹ ਪਾਰਟੀ ਤੇ ਦਬਾਅ ਦੂ ਤੇ ਪਾ ਕੇ ਵੇਖੀਏ ਕੁਝ ਪਤਾ ਨਹੀਂ ਹੁੰਦਾ ਆਪਣੀ ਕਿਤੇ ਗੱਲ ਬਣ ਜਾਈ ਇਹ ਵੀ ਇੱਕ ਕਾਰਨ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਜੇ ਟਿਕਟ ਤੇ ਕੋਈ ਉਮੀਦਵਾਰ ਮੰਨ ਲਓ ਕੋ ਨਵਾਂ ਹੈ ਜਾਂ ਵੱਖਰਾ ਹੈ ਉਹ ਜਿਹੜੇ ਪਹਿਲੇ ਪਾਰਟੀ ਵਾਲੇ ਬੰਦੇ ਨੇ ਉਹਨਾਂ ਨੂੰ ਹੁੰਦਾ ਵੀ ਜਾਂ ਤੇ ਆਪਾਂ ਨੂੰ ਟਿਕਟ ਮਿਲ ਜੇ ਨਹੀਂ ਮਿਲਦੀ ਤੇ ਘੱਟੋ ਘੱਟ ਹਾਜ਼ਰੀ ਲਵਾ ਕੇ ਉੱਪਰੋਂ ਕੋਈ ਚੁਪਕੀ ਸੱਚੀ ਹਾਂ ਕਰਾ ਲਈਏ ਵੀ ਇਹ ਕੱਲ ਨੂੰ ਕੋਈ ਗੱਲ ਬਣੀ ਤੇ ਸਾਡਾ ਚੇਤਾ ਰੱਖਿਓ ਵੀਰੇ ਇਹ ਤਾਂ ਨਾਲ ਦੌੜ ਲੱਗੀ ਸੰਧਾਲੀਆ ਸਭ ਗੱਲ ਠੀਕ ਹੈ ਤੁਹਾਨੂੰ ਅੰਦਰ ਲੀਆਂ ਸਾਰੀਆਂ ਪਰਤਾਂ ਪਤਾ ਤੁਹਾਨੂੰ ਪਤਾ ਕਿ ਭਾਈ ਅੱਗੇ ਇੱਕ ਹੁੰਦਾ ਸੀ ਪਤਨੀ ਰਸਗੁਲੇ ਗੁਲਾਬ ਜਮਨ ਦਾ ਪਤਾ ਸੀ ਫਿਰ ਚਮਚਮ ਜੀ ਆਈ ਕਿ ਵਿਚਾਲੇ ਉਹਦੇ ਕੀ ਭਰਿਆ ਸਿਆਸੀ ਤੌਰ ਦੇ ਉੱਤੇ ਕਿਹੜੀ ਚੀਜ਼ ਚ ਕੀ ਭਰਿਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਬਾਕੀ ਅੱਜ ਤੁਸੀਂ ਜੁੜੇ ਤੁਹਾਡਾ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਲੋ ਜੀ ਟਿੱਪਣੀਆਂ ਤੁਸੀਂ ਜ਼ਰੂਰ ਕਰਦੇ ਹੋ ਨਵੇਂ ਉਮੀਦਵਾਰਾਂ ਦੀ ਚਰਚਾ ਅਸੀਂ ਹਰਿਆਣਾ ਦੇ ਸਿਆਸੀ ਦ੍ਰਿਸ਼ ਦੇ ਉੱਤੇ ਵੀ ਗੱਲਾਂ ਬਾਤਾਂ ਕੁਝ ਕੀਤੀਆਂ ਹਰਿਆਣੇ ਵਾਲੇ ਸਾਡੇ ਪਰਿਵਾਰ ਦੇ ਮੈਂਬਰ ਨੇ ਤੁਹਾਡੇ ਨਾਲ ਜੁੜੇ ਰਹਿਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੀ ਗੱਲ ਵੀ ਆਉਣ ਵਾਲੇ ਦਿਨਾਂ 'ਚ ਕਰਾਂਗੇ ਤੁਸੀਂ ਕਿਸੇ ਹਲਕੇ ਕਿਸੇ ਉਮੀਦਵਾਰ ਕਿਸੇ ਸੂਬੇ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਟਿੱਪਣੀ ਕਰ ਦਿਓ ਬਾਕੀ ਪ੍ਰੋਗਰਾਮ ਠੀਕ ਲੱਗਾ ਤਾਂ ਲਾਈਕ ਸ਼ੇਅਰ ਤਾਂ ਜ਼ਰੂਰ ਕਰ ਦਿਓ ਸੋ ਇੱਥੇ ਹੀ ਗੁਰਪ੍ਰੀਤ ਸਿੰਘ ਸੰਧਾਲੀ ਅਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆ ਗਿਆ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ